काफला टीवी देख रहे सारे दर्शकों को नरलेप कहल वालों प्यार भरी सत श्री अकाल ते तुहाडा प्रोग्राम दे विच बहुत बहुत स्वागत है। प्रोग्राम लैके हाजिर हाँ फाइनैशियल टाक ते मेरे नाल साडे एक्सपर्ट ने बलजीत ढींडसा जी। पहला उन्हां दा करदे हां स्वागत ते फिर उन्हां करदे हां गलबात। सो बलजीत जी तुहाडा प्रोग्राम दे विच बहुत बहुत स्वागत है जी। थैंक यू जी, मेरे वल्लों भी सारे लिसनर नूं गुड आफ्टरनून जी। बिल्कुल जी, जिवें असीं अक्सर इस प्रोग्राम दे विच गल करदे हां कि असीं तुहाडे नाल जिहड़ियां इंश्योरेंस के नाल रिलेटिड कुछ थोड़े क्वेश्चन होंगे उन्होंने बारे गलबात करते हैं, जां तुसी जे फाइनैंशियल कोई भी थोड़ी प्रॉब्लम हैगी है, जां फाइनैंस नूं तुसी किस तरह हैंडल करना हैगा, कित्थे इनवैसट करनी हैगी आ, लाइफ इंश्योरेंस कीड़ी लैनी हैगी आ, RRSP RESP होर बहुत सारा फाइनैंस नाल रिलेटिड जिहड़ा कारोबार हैगा वह बलजीत ढींडसा जी देखते हैं। और तुम इन गलबात कर सकते हो, फोन नंबर इन्हों का स्क्रीन पर आलवेज रहा और स्टूडियो के फोन करके भी इन्हों का फोन नंबर लै सकते हो। अज असी गलबात करा टर्म इंश्योरेंस की। सो जिस तरह ना तो ही थोड़ा जहा वाकफ है पर आप फिर भी बलजीत जी तो पूछते हैं। बलजीत जी, एक लाइफ इंश्योरेंस होंगी है, एक टर्म इंश्योरेंस होंगी है, टर्म लाइफ इंश्योरेंस, ये थोड़ा जहा डिफरेंस की है साढ़े दर्शकों दस्यो थोड़ा जहा। हाँ जी, इट्स अ ग्रेट क्वेश्चन। सो जिदा आपां सारियां नूं काफ़ी अवेयरनैस हैगी आ जी इंश्योरेंस नूं लैके, जिहड़ियां दो तरह की इंश्योरेंस हैगी है, एक कह लो भी अपनी टर्म इंश्योरेंस, दूसरी हैगी आ परमानेंट इंश्योरेंस। टर्म जिदा आ भी आ कोई भी टर्म लै लो, आपां जिदा घट तो घट 10 साल लै लैंदे आ, 10 तो 20 साल 30 साल 40 साल, ਤੁਸੀਂ ਈਵਨ 100 ਸਾਲ ਦੀ ਟਰਮ ਵੀ ਲੈ ਸਕਦੇ ਹਾਂ। ਸੋ ਟਰਮ ਜਿਹੜੀ ਆ ਕਹਿ ਲਓ ਵੀ ਇੱਕ ਟਾਈਮ ਫਰੇਮ ਆ, ਇੱਕ ਪੀਰੀਅਡ ਆ ਜਿਹੜਾ ਆਪਾਂ ਇਸ ਟਰਮ ਦੇ ਵਿੱਚ ਜਦੋਂ ਆਪਾਂ ਇੰਸ਼ੋਰੈਂਸ ਬਾਈ ਕਰਦੇ ਹਾਂ, ਡਿਪੈਂਡਿੰਗ ਔਨ ਤੁਹਾਡੀ ਨੀਡ ਕੀ ਆ, ਕਿਉਂਕਿ ਹੋ ਸਕਦਾ ਹੈ ਜਿਵੇਂ ਤੁਸੀਂ ਘਰ ਲਿਆ ਆ, ਯੋਰ ਤੁਸੀਂ ਮੋਰਗੇਜ ਇੰਸ਼ੋਰੈਂਸ ਦੇਖ ਰਹੇ ਹੋ, ਤੁਹਾਨੂੰ ਜਿਹੜੀ ਤੁਹਾਡੀ ਮੋਰਗੇਜ ਆ ਉਹ ਮੇ ਬੀ 24 ਸਾਲ ਰਹਿ ਗਈ ਆ ਜਾਂ 23 ਸਾਲ ਆ ਜਾਂ ਕਹਿ ਲਓ ਵੀ 17 ਸਾਲ ਰਹਿ ਗਈ ਆ। ਸੋ ਹੁਣ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ ਦੇ ਆਰ ਐਕਚੁਲੀ ਵਰਕਿੰਗ ਵਿਦ ਦ ਕਲਾਇੰਟ, ਮੀਨਿੰਗ ਦੈਟ ਅੱਗੇ ਹੁੰਦਾ ਸੀ ਵੀ ਜਿੱਦਾਂ ਟ੍ਰਡੀਸ਼ਨਲ ਟਰਮਸ 10 ਸਾਲ ਲੈ ਲਓ, 20 ਲੈ ਲਓ, 30 ਲੈ ਲਓ, ਇਟ ਵਾਜ਼ ਆਲਵੇਜ਼ ਦੀ ਈਵਨ ਨੰਬਰਸ। ਹੁਣ ਜਿਹੜਾ ਆ ਆਪਾਂ ਜੇ ਕਲਾਇੰਟ ਦੀ ਲੋੜ ਸਿਰਫ 17 ਸਾਲ ਦੀ ਇੰਸ਼ੋਰੈਂਸ ਉਹਨਾਂ ਨੂੰ ਚਾਹੀਦੀ ਆ ਕਰਕੇ ਉਹਨਾਂ ਦੀ ਜਿਹੜੀ ਮੋਰਗੇਜ ਸਿਰ 'ਤੇ ਆ ਜਾਂ ਕਹਿ ਲਓ ਵੀ ਹੋਰ ਵੀ ਕੋਈ ਲਾਇਬਿਲਟੀਸ ਹੈਗੀਆਂ ਆ, ਉਹ ਸਿਰਫ 17 ਸਾਲ ਵਾਸਤੇ ਆ ਅਤੇ ਆਪਾਂ 17 ਸਾਲ ਵਾਸਤੇ ਹੀ ਇੰਸ਼ੋਰੈਂਸ ਬਾਈ ਕਰ ਸਕਦੇ ਹਾਂ, ਰਾਈਟ? ਯਾ, ਸੋ ਇਹ ਤਾਂ ਹੋ ਗਈ ਆਪਣੀ ਟਰਮ ਇੰਸ਼ੋਰੈਂਸ। ਦੂਸਰਾ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਇੱਕ ਟਾਈਮ ਫਰੇਮ, ਜਿਹੜੇ ਟਾਈਮ ਦੇ ਵਿੱਚ ਜਿੰਨੀ ਸਮੇਂ ਲਈ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ, ਉਹ 1 ਸਾਲ ਵੀ ਹੋ ਸਕਦੀ ਹੈ, ਉਹ 10 ਸਾਲ ਵੀ ਹੋ ਸਕਦੀ ਹੈ, 25 ਸਾਲ ਵੀ ਹੋ ਸਕਦੀ ਹੈ। ਸੋ ਆਪਾਂ ਨੂੰ ਕਈ ਇੰਸ਼ੋਰੈਂਸ ਹੁੰਦੀਆਂ ਉਹ ਆਪਾਂ ਨੂੰ ਲਾਈਫ ਟਾਈਮ ਨਹੀਂ ਚਾਹੀਦੀਆਂ, ਫਾਰ ਦਾ ਟਾਈਮ ਬੀਇੰਗ ਚਾਹੀਦੀਆਂ ਹੈਗੀਆਂ। ਸੋ ਆਪਾਂ ਇੱਕ ਟਰਮ ਜਿਹੜੀ ਹੈਗੀ ਆ ਉਹ ਚੂਜ਼ ਕਰ ਸਕਦੇ ਹਾਂ, 5, 10, 15, 20, 25, ਜਿੰਨਾ ਚਿਰ ਤੁਸੀਂ ਇੰਸ਼ੋਰੈਂਸ ਨੂੰ ਕੰਟੀਨਿਊ ਰੱਖਣਾ, ਜਾਂ ਇਹਦੇ ਵਿੱਚ ਫਿਕਸ ਟਾਈਮ ਹੁੰਦਾ ਕਿ 5, 10, 15 ਇਵੇਂ ਲੈ ਸਕਦੇ ਹਾਂ, ਕਿ ਜਾਂ ਮੈਂ 3, 5, 7 ਇਸ ਤਰ੍ਹਾਂ ਵੀ ਕਰ ਸਕਦਾ। ਹਾਂਜੀ, ਜਿੱਦਾਂ ਮਿਨੀਮਮ ਕਹਿ ਲਓ ਵੀ ਆਪਾਂ 10 ਸਾਲ ਦੀ ਜਿਹੜੀ ਇੰਸ਼ੋਰੈਂਸ ਆ, 10 ਸਾਲ ਤੋਂ ਸਟਾਰਟ ਹੋ ਕੇ ਜਿੱਦਾਂ ਆਪਾਂ ਮੈਂਸ਼ਨ ਕੀਤਾ ਵੀ 10, 20, 30, 40, ਇਹ ਤਾਂ ਹੋ ਗਈਆਂ ਵੀ ਜਿਹੜੀਆਂ ਆਪਣੀਆਂ ਇੰਸ਼ੋਰੈਂਸ ਕੰਪਨੀਆਂ ਆ, ਮੋਸਟ ਪ੍ਰੋਵਾਈਡਰ ਜਿਹੜੇ ਆ ਉਹ ਆਪਾਂ ਨੂੰ ਟ੍ਰਡੀਸ਼ਨਲ ਜਿਹੜਾ ਆ ਈਵਨ ਨੰਬਰ ਦਿੰਦੇ ਆ 10, 20, 30। ਪਰ ਹੁਣ ਜਿਹੜੀਆਂ ਕੰਪਨੀਆਂ ਵੀ ਜਿੱਦਾਂ ਆਪਾਂ ਕਹਿ ਲਓ ਵੀ ਨੀਡ ਜਿੱਦਾਂ ਕਲਾਇੰਟ ਦੀ ਆਪਾਂ ਦੇਖ ਕੇ ਉਹਨਾਂ ਨੂੰ ਆਪਾਂ ਇੰਸ਼ੋਰੈਂਸ ਜਿਹੜੀ ਆ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਆ ਆਪਾਂ 15 ਸਾਲ 17 ਸਾਲ 22 ਸਾਲ 30 ਸਾਲ ਆਪਾਂ ਆਪਣਾ ਨੰਬਰ ਪਿੱਕ ਕਰ ਸਕਦੇ ਹਾਂ, ਕਿਉਂਕਿ ਉਹਦੇ ਫਾਇਦੇ ਕੀ ਹੋ ਜਾਂਦੇ ਆ ਜੀ, ਜਿਹੜਾ ਵੀ ਨੰਬਰ ਆਪਾਂ ਟਰਮ ਪਿੱਕ ਕਰਦੇ ਹਾਂ ਉਹਦੇ ਵਿੱਚ ਆਪਣਾ ਜਿਹੜਾ ਪ੍ਰੀਮੀਅਮ ਆਪਾਂ ਦੇ ਰਹੇ ਹਾਂ ਉਹ ਪ੍ਰੀਮੀਅਮ ਨੇ ਇੱਕ ਕਿਸਮ ਦਾ ਆਪਾਂ ਉਸ ਪ੍ਰੀਮੀਅਮ ਨੂੰ ਲਾਕ ਇਨ ਕਰ ਦਿੰਦੇ ਹਾਂ ਉਸ ਟਾਈਮ ਫਰੇਮ ਦੇ ਵਿੱਚ। ਸੋ ਜੇ ਆਪਾਂ 17 ਸਾਲ ਦੀ ਇੰਸ਼ੋਰੈਂਸ ਲਈ ਆ, ਦੈਟ ਮੀਨ ਜਿਹੜਾ ਆਪਣਾ ਪ੍ਰੀਮੀਅਮ ਆ ਉਹ ਚੇਂਜ ਨਹੀਂ ਹੋਵੇਗਾ, ਉਹ ਆਪਾਂ 17 ਸਾਲ ਸੇਮ ਪ੍ਰੀਮੀਅਮ ਰਹੇਗਾ। ਅਤੇ ਇਹ ਜਿਹੜੀ ਟਰਮ ਇੰਸ਼ੋਰੈਂਸ ਆਪਾਂ ਜੀ ਇਜ਼ ਵੈਰੀ ਵੈਰੀ ਪਾਪੂਲਰ ਇੰਸ਼ੋਰੈਂਸ ਐਂਡ ਇਜ਼ ਅ ਵੈਰੀ ਅਫੋਰਡੇਬਲ ਇੰਸ਼ੋਰੈਂਸ ਐਂਡ ਇਜ਼ ਅ ਵੈਰੀ ਈਜ਼ੀਅਰ ਫੋਰ ਪੀਪਲ ਟੂ ਅੰਡਰਸਟੈਂਡ ਵੀ ਹਾਂ ਮੈਂ ਜਿਹੜਾ ਪੈਸਾ ਆ ਇਹ ਕਾਹਦੇ ਵਾਸਤੇ ਦੇ ਰਿਹਾ ਹੈ, ਮੇਰੀ ਕਵਰੇਜ ਕਿੰਨੀ ਆ ਅਤੇ ਮੇਰੀ ਟਰਮ ਕਿੰਨੀ ਆ। ਸੋ ਸਿੰਪਲੀ ਜਦੋਂ ਆਪਾਂ ਟਰਮ 15 ਸਾਲ ਦੀ ਲੈ ਲਈ ਆ ਅਤੇ ਹੁਣ ਆਪਣੀ ਕੋਈ ਕਹਿ ਲਓ ਵੀ ਅਚਾਨਕ ਡੈਥ ਹੋ ਜਾਂਦੀ ਹੈ ਬਿਕੋਜ਼ ਦਿਸ ਇਜ਼ ਅ ਲਾਈਫ ਇੰਸ਼ੋਰੈਂਸ, ਸੋ ਜਿਹੜਾ ਇਹਦਾ ਬੈਨੀਫਿਟ ਹੋਣਾ ਆ ਉਹ ਬੈਨੀਫਿਸ਼ਰੀ ਨੂੰ ਹੋਣਾ ਆ, ਨਾ ਕਿ ਜਿਹੜਾ ਪਰਸਨ ਜਿਹਦੀ ਆਪਾਂ ਇੰਸ਼ੋਰੈਂਸ ਕੀਤੀ ਆ, ਕਿਉਂਕਿ ਉਸ ਤੋਂ ਉਹਦੇ ਜਾਣ ਤੋਂ ਬਾਅਦ ਇਹ ਵਿੱਚ
ਫੈਮਲੀ ਨੂੰ ਜਿਹੜਾ ਹੈ ਬੈਨੀਫਿਸ਼ਰੀ ਨੂੰ ਪੈਸਾ ਮਿਲਣਾ ਆ ਇਜ਼ ਅ ਟੈਕਸ ਫਰੀ ਮਨੀ ਲੰਪ ਸਮ ਪੈਸਾ ਮਿਲਦਾ ਆ ਰਾਈਟ ਅਗਰ ਆਪਾਂ ਨੂੰ ਵੀ ਆਪਾਂ ਲੱਗੀ ਹੋ ਆਪਾਂ ਕੁਛ ਹੁੰਦਾ ਨਹੀਂ ਆਪਾਂ ਨੂੰ 15 ਸਾਲਾਂ ਦੀ ਜਿਹੜੀ ਆਪਾਂ ਟਰਮ ਲਈ ਆ ਪਰ ਆਪਣੀ ਜਿਹੜੀ ਆ ਸਿਹਤ ਕਹਿ ਲਓ ਵੀ ਆਪਾਂ ਦੀ ਸਿਹਤ ਖਰਾਬ ਹੋ ਜਾਂਦੀ ਆ ਆਪਾਂ ਨੂੰ ਕੋਈ ਹੈਲਥ ਇਸ਼ੂ ਆ ਗਿਆ ਆ ਆਪਾਂ ਜਿਹੜੀ ਟਰਮ ਇੰਸ਼ੋਰੈਂਸ ਲਈ ਆ ਮੰਨ ਲਓ ਵੀ ਆਪਾਂ ਕਵਰੇਜ ਜਿਹੜੀ ਆ ਉਹਦੀ 5 ਲੱਖ ਲਈ ਆ ਆਪਾਂ 5 ਲੱਖ ਦੇ ਵਿੱਚੋਂ ਆਪਾਂ ਕਨਵਰਟ ਕਰ ਸਕਦੇ ਹਾਂ ਮੀਨਿੰਗ ਦੈਟ ਵੀ ਆਪਾਂ ਰਿਨਿਊ ਵੀ ਕਰ ਸਕਦੇ ਹਾਂ ਫੋਰ ਅਨਦਰ ਟਰਮ ਅਤੇ ਆਪਾਂ ਉਹਨੂੰ ਕਨਵਰਟ ਵੀ ਕਰ ਸਕਦੇ ਹਾਂ ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਨੂੰ ਜਿਹੜੀ ਆ ਜੇ ਆਪਾਂ ਆਪਣਾ ਮੈਡੀਕਲ ਕਰਾਉਂਦੇ ਹਾਂ ਆਪਾਂ ਨੂੰ ਇੰਸ਼ੋਰੈਂਸ ਜਿਹੜੀ ਆ ਜੇ ਆਪਾਂ ਐਕਸਟਰਾ ਕਵਰੇਜ ਦੇਖ ਰਹੇ ਹਾਂ ਆਪਾਂ ਨੂੰ ਉਹ ਮਿਲਣੀ ਨਹੀਂ ਹੈਗੀ ਬਿਕਾਜ਼ ਦਾ ਹੈਲਥ ਇਸ਼ੂ ਸੋ ਆਪਾਂ ਇਹ ਜਿਹੜਾ ਪਹਿਲੇ ਕਵਰੇਜ ਲਈ ਆ ਜਿਹੜੀ ਆਪਾਂ ਲਾਕ ਇਨ ਕਰ ਦਿੱਤੀ ਆ ਅੱਜ ਤੋਂ 15 ਸਾਲ ਪਹਿਲਾਂ ਉਸ ਨੂੰ ਆਪਾਂ ਕਨਵਰਟ ਕਰ ਸਕਦੇ ਹਾਂ ਪਰਮਾਨੈਂਟ ਇੰਸ਼ੋਰੈਂਸ ਵਿੱਚ ਸੋ ਇੱਕ ਕੁਐਸਚਨ ਹੋਰ ਹੈ ਜਿਵੇਂ ਤੁਸੀਂ ਪ੍ਰੀਮੀਅਮ ਦੀ ਗੱਲ ਕੀਤੀ ਹੈਗੀ ਆ ਪ੍ਰੀਮੀਅਮ ਜਿਸ ਤਰ੍ਹਾਂ ਤੁਸੀਂ ਅਮਾਊਂਟ ਤੁਹਾਡੀ ਹੋਊਗੀ ਉਸ ਤਰ੍ਹਾਂ ਫਿਕਸ ਹੋ ਜਾਂਦਾ ਜੇ ਆਪਾਂ 17 ਸਾਲ ਵਾਸਤੇ ਲੈਂਦੇ ਹਾਂ ਜਾਂ 15 ਸਾਲ ਵਾਸਤੇ ਲੈਂਦੇ ਹਾਂ ਉਹ 15 ਸਾਲ ਤੁਹਾਡਾ ਪ੍ਰੀਮੀਅਮ ਸੇਮ ਰਹੇਗਾ ਖੁਦਾ ਨਾ ਖਾਸਤਾ 10 ਆਪਾਂ 15 ਸਾਲ ਦੀ ਇੰਸ਼ੋਰੈਂਸ ਲਈ ਆ 10 ਸਾਲ ਬਾਅਦ ਆਪਾਂ ਨੂੰ ਕੋਈ ਹੈਲਥ ਇਸ਼ੂਜ਼ ਆ ਗਏ ਆ ਹੁਣ ਅਸੀਂ ਚਾਹ ਰਹੇ ਹਾਂ ਕਿ ਇਹ ਜਿਹੜੀ ਇੰਸ਼ੋਰੈਂਸ ਹੈਗੀ ਹੈ ਇਹਨੂੰ ਅਸੀਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਤਬਦੀਲ ਕਰ ਦਈਏ ਸੋ ਕੀ ਜਿਹੜਾ ਪ੍ਰੀਮੀਅਮ ਆ ਉਹ ਸੇਮ ਰਹੂਗਾ ਜਾਂ ਚੇਂਜ ਹੋਊਗਾ ਨਹੀਂ ਅਗੇਨ ਇਜ਼ ਅ ਗੁੱਡ ਕੁਐਸਚਨ ਵਜੀ ਸੋ ਜੇ ਆਪਾਂ ਹੁਣ 10 ਸਾਲਾਂ ਬਾਅਦ ਇਹਨੂੰ ਕਨਵਰਟ ਕਰ ਰਹੇ ਹਾਂ ਸੋ ਉਸ ਦਿਨ 'ਤੇ ਆਪਣੀ ਜਿਹੜੀ ਏਜ ਆ ਉਹ ਆਪਣੀ ਏਜ ਕਿੰਨੀ ਆ ਬਸ ਇਹਦੇ ਵਿੱਚ ਇਹ ਜ਼ਰੂਰ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਵੀ ਆਪਾਂ ਨੂੰ ਹੈਲਥ ਇਸ਼ੂ ਆਲਰੇਡੀ ਆ ਗਿਆ ਆ ਐਂਡ ਇਜ਼ ਵੈਰੀ ਹੈਲਥ ਸੀਰੀਅਸ ਹੈਲਥ ਇਸ਼ੂ ਰਾਈਟ ਸੋ ਉਹਦੇ ਵਿੱਚ ਆਪਾਂ ਨੂੰ ਜਿਹੜੀ ਆ ਮੈਡੀਕਲ ਨਹੀਂ ਆਪਣਾ ਹੋਣਾ ਸੋ ਇਟਸ ਲਾਈਕ ਇਜ਼ ਆਲਮੋਸਟ ਜਿਹੜੀ ਆਪਣੀ ਇੰਸ਼ੋਰੇਬਿਲਿਟੀ ਆਪਾਂ ਉਸ ਨੂੰ ਲਾਕ ਇਨ ਕਰ ਦਿੰਦੇ ਹਾਂ ਸੋ ਜਿੰਨੀ ਆਪਣੀ ਏਜ ਆ ਉਸ ਦਿਨ ਜਿਸ ਦਿਨ ਆਪਾਂ ਕਨਵਰਟ ਕਰ ਰਹੇ ਹਾਂ ਉਸ ਦੀ ਏਜ ਦੇਖ ਕੇ ਹੀ ਜਿਹੜਾ ਆਪਣਾ ਪ੍ਰੀਮੀਅਮ ਆ ਉਹ ਜਿਹੜਾ ਆ ਫਿਕਸ ਕੀਤਾ ਜਾਏਗਾ ਸੋ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਪ੍ਰੀਮੀਅਮ ਚੇਂਜ ਹੁੰਦਾ ਔਰ ਜੇ ਮੈਡੀਕਲ ਇਹਦੇ ਲਈ ਜ਼ਰੂਰੀ ਹੈ ਜਾਂ ਨਹੀਂ ਹੈ ਨਹੀਂ ਜੀ ਅਗਰ ਆਪਾਂ ਨੂੰ ਹੈਲਥ ਇਸ਼ੂ ਆ ਗਿਆ ਆ ਆਲਰੇਡੀ ਦੈਨ ਆਈ ਵੁੱਡ ਐਡਵਾਈਜ਼ ਗੋਇੰਗ ਓਕੇ ਆਪਾਂ ਅਗਰ ਅਪਲਾਈ ਕਰਾਂਗੇ ਹੁਣ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਆ ਵਜੀਵ ਜਿਹੜੀਆਂ ਆਪਾਂ ਨੂੰ ਆਪਣੀ ਹੈਲਥ ਦੇਖ ਕੇ ਵੀ ਅਗਰ ਆਪਾਂ ਨੂੰ ਹਾਰਟ ਅਟੈਕ ਆ ਗਿਆ ਆ ਜਾਂ ਆਪਾਂ ਕੈਂਸਰ ਦੀ ਸ਼ਿਕਾਇਤ ਹੋ ਗਈ ਆ ਕੋਈ ਆਪਾਂ ਨੂੰ ਵੈਰੀ ਸੀਰੀਅਸ ਹੈਲਥ ਇਸ਼ੂ ਆ ਗਿਆ ਆ ਹੈ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆਪਾਂ ਨੂੰ ਨਾਨ ਮੈਡੀਕਲ ਇੰਸ਼ੋਰੈਂਸ ਆਫਰ ਕਰ ਰਹੀਆਂ ਆਪਾਂ ਡਿਸਕਲੋਜ਼ ਉਹਨਾਂ ਨੂੰ ਜ਼ਰੂਰ ਕਰ ਦੇਣਾ ਵੀ ਸਾਨੂੰ ਆਹ ਹੈਲਥ ਇਸ਼ੂ ਆਇਆ ਆ ਉਸ ਨੂੰ ਦੇਖਦੇ ਹੋਏ ਜਿਹੜੀ ਆਪਣੀ ਰੇਟਿੰਗ ਕਹਿ ਲਓ ਵੀ ਅਸੀਂ ਟਰਮ ਯੂਜ਼ ਕਰਦੇ ਹਾਂ ਮੀਨਿੰਗ ਦੈਟ ਵੀ ਆਪਾਂ ਨੂੰ ਪੈਸਾ ਜਿਹੜਾ ਆਪਣਾ ਪ੍ਰੀਮੀਅਮ ਆ ਉਹ ਥੋੜ੍ਹਾ ਜ਼ਿਆਦਾ ਦੇ ਕੇ ਆਪਾਂ ਇੰਸ਼ੋਰੈਂਸ ਲੈ ਸਕਦੇ ਹਾਂ ਸੋ ਹੁਣ ਆਪਾਂ ਨੂੰ ਜਿਹੜੀ ਆਲਰੇਡੀ ਆਪਾਂ ਟਰਮ ਇੰਸ਼ੋਰੈਂਸ ਲਈ ਆ ਇਹਦੇ ਵਿੱਚ ਆਪਾਂ ਨੂੰ ਥੋੜ੍ਹੇ ਜਿਹੇ ਫਾਇਦੇ ਹੋ ਜਾਂਦੇ ਆ ਵੀ ਇੱਕ ਤਾਂ ਹੋ ਜਾਂਦਾ ਆ ਵੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੀ ਸਿਹਤ ਜਿਹੜੀ ਆ ਹੈਲਥ ਇਸ਼ੂ ਆਪਾਂ ਨੂੰ ਆਲਰੇਡੀ ਆ ਗਿਆ ਆ ਐਂਡ ਇਜ਼ ਅ ਵੈਰੀ ਸੀਰੀਅਸ ਹੈਲਥ ਇਸ਼ੂ ਸੋ ਪਰ ਆਪਾਂ ਨੂੰ ਇੱਦਾਂ ਨਹੀਂ ਪਤਾ ਹੈਗਾ ਵੀ ਆਪਾਂ ਨੂੰ ਆਉਣ ਦੀ ਟਿਕਟ ਤਾਂ ਮਿਲੀ ਆ ਵੀ ਆਪਾਂ ਨੂੰ ਉਹਦੇ ਬਾਰੇ ਪਤਾ ਆ ਪਰ ਜਾਣ ਦੀ ਟਿਕਟ ਜਿਹੜੀ ਆ ਰਿਟਰਨ ਟਿਕਟ ਉਹ ਆਪਾਂ ਨੂੰ ਨਹੀਂ ਪਤਾ ਹੈਗਾ ਭਾਅ ਜੀ ਵੀ ਆਪਾਂ ਜਿਹੜੀ ਆ ਉਹ ਕਦੋਂ ਦੀ ਬੁਕਿੰਗ ਹੋਈ ਆ ਰਾਈਟ ਸੋ ਹੁਣ ਆਪਾਂ ਉਸ ਨੂੰ ਆਪਾਂ ਨੂੰ ਆਪਣੀ ਨਜ਼ਰ ਵਿੱਚ ਰੱਖਦੇ ਹੋਏ ਆਪਾਂ ਕਹਿੰਦੇ ਹਾਂ ਮੈਂ ਪਰਮਾਨੈਂਟ ਇੰਸ਼ੋਰੈਂਸ ਜਿਹੜੀ ਆ ਵੀ ਉਹ ਕਰਾ ਲੈਣੀ ਆ ਜਿਹੜੀ ਟਰਮ ਆ ਮੇਰੇ ਹਜੇ ਮੇ ਵੀ ਰਿਮੇਨਿੰਗ 10 ਸਾਲ ਪਏ ਆ ਇਹਦੇ ਵਿੱਚ ਸੋ ਉਹਦੇ 'ਚੋਂ ਜਿਹੜੀ ਪਾਰਸ਼ਲ ਆਪਾਂ ਕਨਵਰਟ ਕਹਿੰਦੇ ਹਾਂ ਵੀ ਪਰਮਾਨੈਂਟ ਇੰਸ਼ੋਰੈਂਸ ਆ ਉਹ ਚਾਹੇ ਮੇਰੀ ਰਿਟਰਨ ਟਿਕਟ ਫਿਰ ਵੀ ਬੁੱਕ ਹੋ ਜਾਂਦੀ ਆ ਵੀ 20 ਸਾਲਾਂ 'ਚ ਜਾਂ 30 ਸਾਲਾਂ 'ਚ ਮੇਰੀ ਏਜ ਹੋ ਗਈ ਆ 85 ਜਾਂ ਮੈਂ ਹੁਣ 95 'ਤੇ ਜਾ ਕੇ ਮੇਰੀ ਡੈਥ ਹੁੰਦੀ ਆ ਉਹ ਇੱਕ ਕਿਸਮ ਦਾ ਆਪਾਂ ਜਿਹੜਾ ਲੌਂਗਰ ਪੀਰੀਅਡ ਜਿਹੜਾ ਆ ਪਰਮਾਨੈਂਟ ਇੰਸ਼ੋਰੈਂਸ ਆ ਉਹ ਆਪਣੀ ਸਾਰੀ ਲਾਈਫ ਜਿਹੜੀ ਆ ਉਹਨੂੰ ਆਪਾਂ ਇੱਕ ਕਿਸਮ ਦਾ ਕਹਿ ਲਓ ਵੀ ਲਾਕ ਇਨ ਕਰ ਦਿੰਦੇ ਹਾਂ ਸੋ ਡਜ਼ਨਟ ਮੈਟਰ ਆਪਾਂ ਇਸ ਦੁਨੀਆ 'ਚੋਂ ਕਦੋਂ ਜਾਂਦੇ ਹਾਂ ਆਪਾਂ ਨੂੰ 100% ਆਪਾਂ ਸ਼ੋਰ ਹੋ ਜਾਂਦੇ ਹਾਂ ਵੀ ਸਾਡੀ ਫੈਮਲੀ ਨੂੰ ਇਹਦਾ ਕਲੇਮ ਇਹਦਾ ਬੈਨੀਫਿਟ ਜੋ ਵੀ ਬੈਨੀਫਿਸ਼ਰੀ ਆਪਾਂ ਲਿਖਾ ਆ ਉਹਨਾਂ ਨੂੰ ਉਹਦਾ ਬੈਨੀਫਿਟ ਜ਼ਰੂਰ ਹੋਵੇਗਾ ਅਤੇ 100% ਜਿਹੜਾ ਕਲੇਮ ਉਹ ਪੇ ਕੀਤਾ ਜਾਵੇਗਾ ਕੰਪਨੀ ਵੱਲੋਂ ਕਿ ਕਰਕੇ ਆਪਾਂ ਉਹਦੇ ਵਿੱਚ ਜਿਹੜੀ ਟਰਮ ਆ ਉਹ ਆਪਾਂ ਐਕਚੁਲੀ ਪਰਮਾਨੈਂਟ ਟਰਮ ਲੈ ਲਈ ਆ ਜੀ 100 ਸਾਲ ਤੱਕ ਜੀ ਇੱਕ ਮੇਰਾ ਕੁਐਸਚਨ ਹੁਣ ਮੇਰੇ ਮਨ 'ਚ ਸਵਾਲ ਆ ਰਿਹਾ ਸੀ ਕਿ ਜਿਹੜੀ ਆਪਾਂ ਮੌਰਗੇਜ ਇੰਸ਼ੋਰੈਂਸ ਲੈਂਦੇ ਹੈਗੇ ਹਾਂਜੀ ਕਿਉਂਕਿ ਲੈਟ ਸੇ ਮੇਰੇ ਉੱਪਰ ਹੈਗੀ ਆ ਆਪਾਂ ਕਹਿ ਸਕਦੇ ਹਾਂ ਕਿ 500,000 ਲਾਈਕ ਦੀ ਮੌਰਗੇਜ ਹੈਗੀ ਆ ਹਾਂਜੀ ਔਰ ਮੈਂ ਜੇ ਬੈਂਕ ਕੋਲੋਂ ਮੌਰਗੇਜ ਇੰਸ਼ੋਰੈਂਸ ਲੈਂਦਾ ਅਤੇ ਜੇ ਮੈਂ ਉਸ 500,000 ਦੀ ਟਰਮ ਇੰਸ਼ੋਰੈਂਸ ਕਰਾਉਂਦਾ ਜਿੰਨਾ ਚਿਰ ਮੇਰੀ ਉਹ ਮੌਰਗੇਜ ਚੱਲਣੀ ਆ ਸੋ ਦੋਨਾਂ 'ਚ ਮੈਂ ਜੇ ਤੁਸੀਂ ਕੰਪੈਰੀਜ਼ਨ ਕਰਕੇ ਵੇਖੋ ਤਾਂ ਕੀ ਬੈਨੀਫਿਟ ਆ ਲਾਈਫ ਇੰਸ਼ੋਰੈਂਸ ਟਰਮ ਲਾਈਫ ਇੰਸ਼ੋਰੈਂਸ ਦਾ ਅਗੇਨ ਇਟਸ ਅ ਵੈਰੀ ਵੈਰੀ ਗੁੱਡ ਕੁਐਸਚਨ ਐਂਡ
The reason I'm saying that actually we have the promotion that's happening right now. ਬਹੁਤ ਸਾਰੇ ਕਲਾਇੰਟ ਜਿਹੜੇ ਆ ਮੈਨੂੰ ਐਕਚੁਅਲੀ ਪਿਛਲੀ ਵੀਕ ਤੋਂ ਹੀ ਪੂਰੇ 9 ਦਿਨ ਹੋ ਗਏ ਅੱਜ ਫੋਨ ਕਰ ਰਹੇ ਆ ਵੀ ਬਲਜੀਤ ਅਸੀਂ ਆਪਣੀ ਜਿਹੜੀ ਆ ਟਰਮ ਇੰਸ਼ੋਰੈਂਸ ਲੈਣੀ ਚਾਹੁੰਦੇ ਹਾਂ ਸੋ ਬਹੁਤ ਸਾਰੇ ਉਹਨਾਂ ਦੇ ਵਿੱਚ ਕਲਾਇੰਟ ਭਾਅ ਜੀ ਜਿੱਦਾਂ ਤੁਸੀਂ ਕੁਐਸਚਨ ਕੀਤਾ ਆ ਨਿਊ ਓਨਰਸ ਜਾਂ ਨਿਊ ਇਮੀਗ੍ਰੈਂਟ ਸੀਗੇ ਜਾਂ ਉਹ ਸਾਈਡ ਲਾਈਨ 'ਤੇ ਨਾ ਬੈਠ ਕੇ ਹਜੇ ਸੋਚ ਰਹੇ ਸੀ ਵੀ ਅਸੀਂ ਇੰਸ਼ੋਰੈਂਸ ਲਈਏ ਕਿ ਨਹੀਂ ਲਈਏ ਹੁਣ ਆਪਣੀ ਜਿਹੜੀ ਆ ਵੈਲ ਨੋਨ ਕੰਪਨੀ ਆ ਇਟਸ ਅ ਵੈਰੀ ਬਿਗ ਕੰਪਨੀ ਉਹਨਾਂ ਨੇ ਪ੍ਰਮੋਸ਼ਨ ਲਾਈ ਆ ਇਜ਼ ਅ 10% ਆਫ ਦ ਪ੍ਰੀਮੀਅਮ ਸੋ 10% ਉਹ ਛੋੜ ਰਹੇ ਆ ਆਪਾਂ ਨੂੰ ਅਗਰ ਆਪਾਂ ਇੰਸ਼ੋਰੈਂਸ ਉਹਨਾਂ ਤੋਂ ਹੁਣ ਦੀ ਡੇਟ ਵਿੱਚ ਕਰਾ ਰਹੇ ਹਾਂ ਅਤੇ ਜਿਹੜਾ ਐਕਚੁਅਲੀ ਇਹ ਜਾਣ ਕੇ ਖੁਸ਼ੀ ਹੋਵੇਗੀ ਭਾਅ ਜੀ ਵੀ ਜੇ ਆਪਾਂ 10 ਸਾਲ ਦੀ ਜਾਂ 15 ਸਾਲ 20 ਸਾਲ ਦੀ ਟਰਮ ਲੈਂਦੇ ਈਵਨ ਇੰਨੇ ਤੱਕ ਵੀ ਆਪਾਂ 40 ਸਾਲ ਦੀ ਟਰਮ ਲੈਂਦੇ ਹਾਂ ਜਿਹੜਾ ਆਪਣਾ ਪ੍ਰੀਮੀਅਮ ਜਿਹੜਾ ਆਪਾਂ ਨੂੰ 10% ਆਫ ਦੇ ਰਹੇ ਆ ਉਹ ਪ੍ਰੀਮੀਅਮ ਜਿਹੜਾ ਆ ਘਟਾ ਕੇ ਜੇ ਮੰਨ ਲਓ ਵੀ ਆਪਣਾ 100 ਡਾਲਰ ਆ ਰਿਹਾ ਸੀ ਅਤੇ ਆਪਣੇ $90 ਬਣ ਗਏ ਆ ਉਹ $90 ਮੰਥਲੀ ਪ੍ਰੀਮੀਅਮ ਜਿਹੜਾ ਆ ਆਪਾਂ 40 ਸਾਲ ਦੀ ਟਰਮ ਵਿੱਚ ਪੇ ਕਰਨਾ ਰਾਈਟ ਸੋ ਇੱਦਾਂ ਨਹੀਂ ਹੈਗਾ ਵੀ ਆਪਾਂ ਨੂੰ ਉਹ ਫਸਟ ਮੰਥ ਫਰੀ ਦੇ ਰਹੇ ਆ ਜਾਂ ਫਸਟ ਈਅਰ ਆਪਾਂ ਨੂੰ 10% ਆਫ ਦੇ ਰਹੇ ਆ ਉਹਨਾਂ ਨੇ ਆਪਾਂ ਨੂੰ ਐਕਚੁਅਲੀ ਫੁੱਲ ਟਰਮ ਜਿੰਨੇ ਦੀ ਵੀ ਆਪਾਂ ਇੰਸ਼ੋਰੈਂਸ ਬਾਈ ਕੀਤੀ ਆ 40 ਸਾਲ ਦੀ ਆ ਅਤੇ 40 ਸਾਲ ਦਾ ਹੀ ਆਪਾਂ ਨੂੰ ਫਾਇਦਾ ਹੋਊਗਾ ਵੀ ਉਹ 10% ਆਪਾਂ ਅੱਜ ਦੀ ਡੇਟ ਵਿੱਚ ਲਾਗ ਕੀਤਾ ਆ ਦੂਸਰਾ ਹੁਣ ਤੁਹਾਡਾ ਕੁਐਸਚਨ ਸੀ ਵੀ ਕਈ ਵਾਰੀ ਆਪਾਂ ਜਿੱਦਾਂ ਬੈਂਕ ਤੋਂ ਇੰਸ਼ੋਰੈਂਸ ਲੈ ਲੈਂਦੇ ਹਾਂ ਮੋਰਗੇਜ ਇੰਸ਼ੋਰੈਂਸ ਆਈ ਹਾਈਲੀ ਰੈਕਮੈਂਡ ਸੇਇੰਗ ਤੁਸੀਂ ਜਿਹੜੀ ਆ ਸਟੈਂਡ ਲੋਨ ਪੋਲਿਸੀ ਜਿਹੜੀ ਆਪਣੇ ਐਡਵਾਈਜ਼ਰ ਨਾਲ ਇੱਦਾਂ ਨਹੀਂ ਹੈਗਾ ਵੀ ਤੁਸੀਂ ਮੇਰੇ ਨਾਲ ਹੀ ਬੈਠ ਕੇ ਗੱਲ ਕਰਨੀ ਆ ਮੇਰੇ ਤੋਂ ਇੰਸ਼ੋਰੈਂਸ ਲੈਣੀ ਆ ਥੋੜ੍ਹਾ ਵੀ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਆ ਤੁਸੀਂ ਕੰਫਰਟੇਬਲ ਫੀਲ ਕਰਦੇ ਆ ਉਹਨਾਂ ਨਾਲ ਉਹ ਤੁਹਾਡਾ ਟਰੱਸਟ ਜਿਹੜਾ ਵਿਨ ਕਰ ਚੁੱਕੇ ਆ ਤੁਹਾਡੀ ਬਹੁਤ ਹੈਲਪ ਕਰਦੇ ਆ ਤੁਸੀਂ ਉਹਨਾਂ ਨਾਲ ਬੈਠ ਕੇ ਇਹ ਜਿਹੜਾ ਪਲੈਨ ਆ ਇਜ਼ ਅ ਵੈਰੀ ਸੁਨਹਿਰੀ ਮੌਕਾ ਆ ਰਾਈਟ ਨਾਓ ਤੁਸੀਂ ਇਹ ਜਿਹੜਾ ਪਲੈਨ ਆ ਇਸ ਨੂੰ ਬਾਈ ਕਰ ਸਕਦੇ ਆ ਮੋਰਗੇਜ ਜਿਹੜੀ ਆ ਆਪਾਂ ਨੂੰ ਜਦੋਂ ਆਪਾਂ ਬੈਂਕ ਦੇ ਥਰੂ ਲਈ ਹੁੰਦੀ ਆ ਮੋਰਗੇਜ ਇੰਸ਼ੋਰੈਂਸ ਜਿੱਦਾਂ ਹੁਣ ਆਪਾਂ 500,000 ਦੀ ਐਗਜ਼ਾਮਪਲ ਯੂਜ਼ ਕੀਤੀ ਆ ਵੀ ਆਪਣੀ ਮੋਰਗੇਜ ਜਿਹੜੀ ਆ 5 ਲੱਖ ਦੀ ਆ ਭਾਜੀ ਸੋ ਨੈਚੁਰਲੀ ਵੀ ਐਵਰੀ ਮੰਥ ਵੀ ਆਰ ਪੇਇੰਗ ਆਫ ਰਾਈਟ ਦਾ ਪ੍ਰੀਮ ਦੀ ਆ ਮੋਰਗੇਜ ਪੇਮੈਂਟ ਸੋ ਆਪਣਾ ਜਿਹੜਾ ਬੈਲੈਂਸ ਆ ਉਹ ਹੌਲੀ ਹੌਲੀ ਥੱਲੇ ਆ ਰਿਹਾ ਆ ਪਰ ਜਿਹੜੀ ਆਪਣੀ ਮੋਰਗੇਜ ਇੰਸ਼ੋਰੈਂਸ ਆਪਾਂ ਬੈਂਕ ਦੇ ਥਰੂ ਲਈ ਆ ਈਵਨ ਦੋ ਆਪਣਾ ਬੈਲੈਂਸ ਥੱਲੇ ਆ ਰਿਹਾ ਆ ਪਰ ਜਿਹੜੀ ਆਪਣੀ ਕਵਰੇਜ ਜਿਹੜੀ ਆ ਉਹ ਉਹਨਾਂ ਨੇ ਕਹਿਣਾ ਆ ਵੀ ਆਪਣੇ ਦਾ ਪ੍ਰੀਮੀਅਮ ਜਿਹੜਾ ਫਿਕਸ ਕੀਤਾ ਆ ਉਹ 5 ਲੱਖ 'ਤੇ ਹੀ ਆਪਣੇ ਤੋਂ ਪ੍ਰੀਮੀਅਮ ਲੈ ਰਹੇ ਆ ਪਰ ਅਗਰ ਆਪਣੀ ਅਚਾਨਕ 'ਤੇ ਡੈਥ ਹੋ ਜਾਂਦੀ ਆ ਜਦੋਂ ਉਹਨਾਂ ਨੇ ਕਲੇਮ ਪੇ ਕਰਨਾ ਆ ਤਾਂ ਬੈਂਕਾਂ ਜਿਹੜੀਆਂ ਆ ਜਿਹੜਾ ਬੈਲੈਂਸ ਆਪਣਾ ਰਿਮੇਨਿੰਗ ਮੋਰਗੇਜ 'ਤੇ ਰਹਿ ਗਿਆ ਆ ਉਹ ਹੀ ਆਪਾਂ ਨੂੰ ਮਿਲਣਾ ਆ ਆਪਾਂ ਨੂੰ ਵੀ ਨਹੀਂ ਮਿਲਣਾ ਐਂਡ ਆਫ ਦਾ ਡੇ ਭਾਵੇਂ ਉਹ $500 ਰਹਿ ਜਾਵੇ ਆਪਾਂ ਨੂੰ 500 ਹੀ ਮਿਲਣਾ ਆਪਾਂ ਨੂੰ ਐਕਚੁਅਲੀ ਉਹਨਾਂ ਨੇ $500 ਬੈਂਕ ਨੇ ਦੇਖਣਾ ਆ ਵੀ ਸਾਡਾ $500 ਹਜੇ ਰਿਮੇਨਿੰਗ ਮੋਰਗੇਜ ਵਿੱਚੋਂ ਰਹਿੰਦਾ ਆ ਕਿ ਨਹੀਂ ਰਹਿੰਦਾ ਹੈਗਾ ਅਗਰ ਰਹਿੰਦਾ ਆ ਤਾਂ ਭਾਅ ਜੀ ਉਹ ਜਿਹੜਾ $500 ਵੀ ਆ ਉਹ ਵੀ ਕਰਕੇ ਇਹਦੇ ਵਿੱਚ ਮੋਰਗੇਜ ਇੰਸ਼ੋਰੈਂਸ ਜਦੋਂ ਆਪਾਂ ਬੈਂਕ ਤੋਂ ਲੈਂਦੇ ਹਾਂ ਬੈਂਕ ਇਜ਼ ਦਾ ਬੈਨੀਫਿਸ਼ਰੀ ਸੋ $500 ਵੀ ਬੈਂਕ ਨੂੰ ਹੀ ਚਾਹੀਦਾ ਸੋ ਸਾਡੇ ਤੁਹਾਡੇ ਜਿੱਦਾਂ ਆਪਾਂ ਕਹਿੰਦੇ ਵੀ ਆਪਣੇ ਜਿਹੜੇ ਫੈਮਿਲੀ ਆ ਆਪਣਾ ਪਰਿਵਾਰ ਆ ਆਪਣੇ ਲਵ ਵਨਸ ਆ ਉਹਨਾਂ ਨੂੰ ਉਹਦੇ ਵਿੱਚ ਪੈਸਾ ਅਗਰ ਕੋਈ ਬੈਲੈਂਸ ਰਹਿੰਦਾ ਆ ਮੋਰਗੇਜ ਕਲੀਅਰ ਕਰਕੇ ਬੈਂਕ ਦੀ ਦੈਨ ਮੇ ਬੀ ਦਾ ਬੈਂਕ ਡਿਸਾਈਡ ਓਕੇ ਵੀ ਆਪਾਂ ਹੁਣ ਇਹਨਾਂ ਦਾ ਜਿਹੜਾ ਬੈਲੈਂਸ ਰਹਿੰਦਾ ਆ ਉਹ ਫੈਮਿਲੀ ਨੂੰ ਦਿੱਤਾ ਜਾਵੇ ਜਿਹੜਾ ਵੀ ਬੈਨੀਫਿਸ਼ਰੀ ਆ ਪਰ ਅਗਰ ਆਪਾਂ ਬਾਹਰ ਇਹ ਇੰਸ਼ੋਰੈਂਸ ਲਈ ਆ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰੈਂਸ ਲਈ ਆ ਇਹਦੇ ਬਹੁਤ ਸਾਰੇ ਫਾਇਦੇ ਆ ਕਿਉਂਕਿ ਜਿਹੜਾ ਬੈਨੀਫਿਸ਼ਰੀ ਹੋਊਗਾ ਉਹਨਾਂ ਨੂੰ ਹੀ ਜਿੰਨਾ ਬੈਲੈਂਸ ਹੈਗਾ ਆ ਆਪਣਾ ਕਵਰੇਜ ਆਪਾਂ ਲਈ ਸੀਗੀ ਰਿਗਾਰਡਲੈਸ ਆਪਣਾ ਬੈਲੈਂਸ ਕਿੰਨਾ ਰਹਿੰਦਾ ਆ ਮੋਰਗੇਜ ਹੈਜ਼ ਨਥਿੰਗ ਟੂ ਡੂ ਵਿਦ ਦੈਟ ਰਾਈਟ ਆਪਣੀ ਫੁੱਲ ਜਿਹੜੀ ਕਵਰੇਜ ਲਈ ਆ ਆਪਣੇ ਜਿਹੜਾ ਬੈਨੀਫਿਸ਼ਰੀ ਭਾਅ ਜੀ ਉਹਨਾਂ ਨੂੰ ਟੈਕਸ ਫਰੀ ਮਨੀ ਲੰਪ ਸਮ ਮਨੀ ਐਂਡ ਵਿਦ ਇਨ 3 ਵੀਕਸ ਉਹ ਪੇ ਕੀਤੀ ਜਾਏਗੀ ਕਰਕੇ ਬੈਂਕ ਜਿਹੜੀ ਆ ਕਈ ਵਾਰੀ ਉਹ ਆਪਾਂ ਨੂੰ ਲਟਕਾ ਲੈਂਦੇ ਆ ਵੀ ਮੈਂ ਟਰਮ ਇਹ ਯੂਜ਼ ਕਰ ਰਹੀ ਹਾਂ ਸੋਰੀ ਬਹੁਤ ਟਾਈਮ ਉਹਦੇ ਵਿੱਚ ਲਾ ਦਿੰਦੇ ਆ ਕਰਕੇ ਉਹਨਾਂ ਨੇ ਫਿਰ ਆਪਣਾ ਵਿੱਲ ਦੇਖਣਾ ਆਪਣੀ ਸਟੇਟ ਦੇਖਣੀ ਆ ਰਾਈਟ ਬਿਕਾਜ਼ ਉਹਦੇ ਵਿੱਚ ਬੈਨੀਫਿਸ਼ਰੀ ਜਿਹੜਾ ਆ ਬਿਕਾਜ਼ ਇਜ਼ ਦਾ ਬੈਂਕ ਸੋ ਬੈਂਕ ਨੂੰ ਬੈਨੀਫਿਟ ਹੋ ਰਿਹਾ ਆ ਨਾ ਕਿ ਤੁਹਾਡੀ ਫੈਮਿਲੀ ਨੂੰ ਸੋ ਇਹ ਗੱਲ ਜ਼ਰੂਰ ਆਪਣੇ ਧਿਆਨ ਵਿੱਚ ਰੱਖੋ ਰਾਈਟ ਜਦੋਂ ਵੀ ਤੁਸੀਂ ਇੰਸ਼ੋਰੈਂਸ ਬਾਈ ਕਰਦੇ ਆ ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਟਰਮ ਇੰਸ਼ੋਰੈਂਸ ਹੈਗੀ ਆ ਆਪਾਂ ਜਦੋਂ ਲੈਂਦੇ ਹੈਗੇ ਹਾਂ ਕੀ ਆਪਾਂ ਇਹਦੇ 'ਚ ਐਡ ਆਨ ਚੀਜ਼ਾਂ ਕਰ ਸਕਦੇ ਹਾਂ ਜਿਹਦੇ 'ਚ ਥੋੜ੍ਹੀ ਬਹੁਤੀ ਜਿਵੇਂ ਕੋਈ ਇਲਨੈਸ ਇੰਸ਼ੋਰੈਂਸ ਪਾ ਲਈਏ ਜਾਂ ਕੋਈ ਆਪਾਂ ਹੋਰ
ਕੋਈ ਹੋਰ ਐਡ ਆਨਸ ਹੋ ਸਕਦਾ ਵੀ ਜਸਟ ਲਾਈਫ ਇੰਸ਼ੋਰੈਂਸ ਹੀ ਹੁੰਦੀ ਹੈ? ਹਾਂਜੀ, ਟਰਮ ਇੰਸ਼ੋਰੈਂਸ ਦੇ ਵਿੱਚ ਵਜੀਜ਼ ਗੇਨ ਇਜ਼ ਅ ਗ੍ਰੇਟ ਕੁਐਸਚਨ। ਆਪਾਂ ਹਮੇਸ਼ਾ ਹੀ ਜਿੱਦਾਂ ਕਲਾਇੰਟ ਦੇ ਨਾਲ ਜਦੋਂ ਬੈਠਦੇ ਹਾਂ, ਉਹਨਾਂ ਦਾ ਜਿੱਦਾਂ ਕਸਟਮ ਕਹਿ ਲਓ ਵੀ ਮੇਡ ਪਲੈਨ ਅਸੀਂ ਤਿਆਰ ਕਰਦੇ ਹਾਂ। ਅਗਰ ਉਹਨਾਂ ਦੀ ਨੀਡ ਜਿਹੜੀ ਆ ਵੀ ਕਹਿੰਦੇ ਆ ਵੀ ਬਲਜੀਤ ਜਿੱਦਾਂ ਹੁਣ ਉਹ 50 ਤੋਂ ਟੱਪ ਗਏ ਆ, ਰਾਈਟ, ਹੁਣ ਉਹ ਇੰਸ਼ੋਰੈਂਸ ਬਾਈ ਕਰ ਰਹੇ ਆ, ਅਤੇ ਆਪਾਂ ਕਹਿੰਦੇ ਹਾਂ ਵੀ ਕ੍ਰਿਟੀਕਲ ਇੰਸ਼ੋਰੈਂਸ ਦਾ ਰਾਈਡਰ ਜ਼ਰੂਰ ਪਾ ਲਓ। ਰਾਈਡਰ ਬਹੁਤ ਸਾਰੇ ਆ ਭਾਅ ਜੀ, ਪਰ ਜਿਹੜੀ ਬੇਸਿਕ ਪੋਲਿਸੀ ਪਹਿਲਾਂ ਆ ਉਹ ਆਪਾਂ ਤੁਹਾਡੇ ਬਜਟ ਦੇ ਦੇਖ ਕੇ ਵੀ ਤੁਹਾਡਾ ਬਜਟ ਕਿੰਨਾ ਆ, ਤੁਹਾਡੀ ਨੀਡ ਕਿੰਨੀ ਆ, ਰਾਈਟ। ਕਿਉਂਕਿ ਮੈਂ ਹਮੇਸ਼ਾ ਭਾਅ ਜੀ ਇਹ ਕਹਿੰਦੀ ਹਾਂ, ਕਿਉਂਕਿ ਮੈਂ ਜਿਹੜਾ ਪ੍ਰੋਡਕਟ ਹੈ ਨਾ ਉਹ ਮੈਂ ਇੰਨਾ ਇੰਟਰਸਟ ਸੈੱਲ ਕਰਨ ਵਿੱਚ ਵਿੱਚ ਨਹੀਂ ਹੈਗੀ ਜਿੰਨਾ ਮੈਂ ਆਪਣੇ ਕਲਾਇੰਟ ਦੀ ਨਾ ਹੈਲਪ ਕਰਨਾ ਚਾਹੁੰਦੀ ਹਾਂ। ਆਈ ਵਾਂਟ ਟੂ ਮੇਕ ਦਾ ਪਲੈਨ ਦੈਟਸ ਰੀਅਲੀ ਸੂਟਬਲ ਫੋਰ ਦੈਮ, ਸੋ ਉਹਨਾਂ ਦਾ ਲੌਂਗ ਰਨ ਵਿੱਚ ਵੀ ਉਹਨਾਂ ਦੀ ਹੈਲਪ ਕਰੇ, ਉਹਨਾਂ ਦਾ ਅੱਜ ਜਿਹੜਾ ਆ ਅੱਜ ਦੇ ਵਿੱਚ ਵੀ ਹੈਲਪ ਕਰੇ, ਅਤੇ ਉਹਨਾਂ ਦਾ ਜਿਹੜਾ ਕੱਲ੍ਹ ਆਉਣ ਵਾਲਾ ਆ ਉਹਦੇ ਵਿੱਚ ਵੀ ਹੈਲਪ ਕਰੇ। ਅਗਰ ਮੇਰੇ ਤੋਂ ਬਾਅਦ ਕੋਈ ਐਡਵਾਈਜ਼ਰ ਉਸ ਘਰ ਵਿੱਚ ਐਂਟਰ ਹੁੰਦਾ ਆ, ਅਤੇ ਜੇ ਇੰਨੀ ਕੁ ਮੈਂ ਨੌਲੇਜ ਉਹਨਾਂ ਨੂੰ ਦੇ ਦਿੰਦੀ ਹਾਂ ਆਪਣੇ ਕਲਾਇੰਟ ਨੂੰ ਵੀ ਤੁਸੀਂ ਜਿਹੜਾ ਜੇ ਅਗਰ ਤੁਹਾਨੂੰ ਕਹਿ ਰਹੇ ਵੀ ਇਹ ਪਲੈਨ ਗੁੱਡ ਨਹੀਂ ਹੈਗਾ, ਇਹਦੇ ਵਿੱਚ ਆਹ ਆਹ ਖਮੀਆਂ ਆ, ਤੁਸੀਂ ਉਹਦਾ ਆਂਸਰ ਬਕਾਇਦਾ ਤੌਰ 'ਤੇ ਦੇ ਸਕੋ, ਕਿਉਂਕਿ ਤੁਹਾਡੇ ਕੋਲ ਜੋ ਵੀ ਤੁਸੀਂ ਅੱਜ ਪ੍ਰੋਡਕਟ ਲਿਆ ਆ ਤੁਹਾਡੇ ਕੋਲ ਫੁੱਲ ਅੰਡਰਸਟੈਂਡਿੰਗ ਹੋਵੇ। ਕਿਉਂਕਿ ਤੁਹਾਨੂੰ ਇੱਦਾਂ ਨਹੀਂ ਵੀ ਜਿਹੜਾ ਅੱਜ ਏਜੰਟ ਬਣਿਆ ਆ ਪਾਰਟ ਟਾਈਮ ਅਤੇ ਉਹ ਆਣ ਕੇ ਕਰਕੇ ਉਹਨਾਂ ਦਾ ਬਹੁਤਾ ਝੁਕਾਅ ਜਿਹੜਾ ਆ ਭਾਅ ਜੀ ਹੁੰਦਾ ਆ ਵੀ ਆਈ ਵਾਂਟ ਏ ਸੈਲ, ਸੇਲ ਬਣਾਉਣੀ ਆ, ਰਾਈਟ। ਕਈ ਵਾਰੀ ਉਹ ਇਹਦੇ ਵਿੱਚ ਦੇਖਣਾ ਭੁੱਲ ਜਾਂਦੇ ਆ ਵੀ ਮੇਰੇ ਕਲਾਇੰਟ ਇਸ ਕਲਾਇੰਟ ਵਾਸਤੇ ਕੀ ਗੁੱਡ ਆ, ਰਾਈਟ। ਸੋ ਮੈਂ ਇੰਨੀ ਕੁ ਨੌਲੇਜ ਦੇ ਦਿੰਦੀ ਹਾਂ ਵੀ ਭਾਈ ਜੇ ਤੁਹਾਡੇ ਲਈ ਗੁੱਡ ਹੋਇਆ ਅਤੇ ਫਿਰ ਹੀ ਤੁਸੀਂ ਪਲੈਨ ਨੂੰ ਚੇਂਜ ਕਰਨਾ ਆ, ਨਹੀਂ ਤਾਂ ਚੇਂਜ ਨਹੀਂ ਕਰਨਾ। ਅਤੇ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਭਾਅ ਜੀ, ਮੈਂ ਇੱਥੇ ਆਪਣੀ ਸਿਫਤ ਨਹੀਂ ਕਰ ਰਹੀ ਹੈਗੀ, ਪਰ ਮੈਂ ਹਮੇਸ਼ਾ ਹੀ ਜਦੋਂ ਵੀ ਕਲਾਇੰਟ ਨਾਲ ਬਹਿੰਦੇ ਹਾਂ, ਕਰਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਤੁਸੀਂ ਸੁਣਿਆ ਵੀ ਹੋਊਗਾ ਬਹੁਤ ਸਾਰੇ ਏਜੰਟ ਜਾਂ ਬ੍ਰੋਕਰ ਕਹਿੰਦੇ ਆ ਵੀ ਅਸੀਂ ਤੁਹਾਡੀ ਪੋਲਿਸੀ ਰਿਵਿਊ ਕਰ ਲਈਏ, ਰਾਈਟ। ਇਟਸ ਅ ਗ੍ਰੇਟ ਐਕਚੁਲੀ ਐਕਸਰਸਾਈਜ਼ ਹੈਗੀ ਆ ਸਾਰਿਆਂ ਵਾਸਤੇ, ਜਿਹੜੇ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਈ ਆ ਕਲਾਇੰਟ ਵਾਸਤੇ ਵੀ, ਅਤੇ ਜਿਹੜਾ ਬ੍ਰੋਕਰ ਉਹਨਾਂ ਨੂੰ ਮਿਲ ਰਿਹਾ ਆ, ਕਿਉਂਕਿ ਬ੍ਰੋਕਰ ਦੇ ਕੋਲ ਉਹਨਾਂ ਕੋਲ ਥੋੜ੍ਹੀ ਇਨਫੋਰਮੇਸ਼ਨ ਆ ਜਾਏਗੀ ਵੀ ਇਹਨਾਂ ਦੀ ਨੀਡ ਕਿੰਨੀ ਸੀ, ਇਹਨਾਂ ਕੋਲ ਆਲਰੇਡੀ ਇੰਸ਼ੋਰੈਂਸ ਹੈ ਕਿੰਨੀ ਆ। ਪਰ ਨੈਚੁਰਲੀ ਕਈ ਵਾਰੀ ਆਪਾਂ ਬ੍ਰੋਕਰ ਦੇਖਿਆ ਵੀ ਉਹਨਾਂ ਨੇ ਤੁਹਾਡੀ ਕਹਿ ਦਿੰਦੇ ਵੀ ਪੋਲਿਸੀ ਨੂੰ ਇਹਨੂੰ ਕੱਟ ਕਰ ਦਿੰਦੇ ਹਾਂ, ਅਸੀਂ ਤੁਹਾਡੀ ਨਵੇਂ ਸਿਰਿਓਂ ਪੋਲਿਸੀ ਕਰਦੇ ਹਾਂ। ਪਰ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਦੇਖਣਾ ਪੈਂਦਾ ਆ ਵੀ ਇਹ ਪੋਲਿਸੀ ਜਿਹੜੀ ਆ ਜਦੋਂ ਆਪਾਂ ਕੱਟ ਕਰਦੇ ਹਾਂ ਇਹਦੇ ਵਿੱਚ ਫਾਇਦਾ ਹੈ ਕਿ ਨਹੀਂ ਹੈਗਾ, ਦੈਟਸ ਅ ਬਿਗ ਕੁਐਸਚਨ। ਦੂਸਰਾ ਹੈ ਭਾਅ ਜੀ ਵੀ ਮੈਂ ਐਥਿਕਲੀ ਵਰਕ ਕਰਦੀ ਹਾਂ, ਮੈਂ ਕਦੇ ਵੀ ਕਿਸੇ ਦੀ ਵੀ ਪੋਲਿਸੀ ਜਿਹੜੀ ਕੀਤੀ ਹੁੰਦੀ ਆ ਮੈਂ ਕਦੇ ਟਰਾਈ ਨਹੀਂ ਕੀਤੀ ਹੈਗੀ ਵੀ ਇਸ ਪੋਲਿਸੀ ਨੂੰ ਕੱਟ ਕੀਤਾ ਜਾਵੇ ਅਤੇ ਮੈਂ ਨਵੀਂ ਪੋਲਿਸੀ ਨੂੰ ਸੈੱਲ ਕਰਾਂ। ਉਹਦੇ ਰੀਜ਼ਨ ਕੀ ਆ, ਕਰਕੇ ਨੈਚੁਰਲੀ ਭਾਅ ਜੀ ਕਲਾਇੰਟ ਜਿਹੜਾ ਆ ਅਗਰ ਉਹਨਾਂ ਕੋਲ 10 ਸਾਲ ਦੀ ਪੋਲਿਸੀ ਉਹਨਾਂ ਨੂੰ ਪੇ ਕਰਦਿਆਂ ਨੂੰ ਹੋ ਗਿਆ ਆ, ਰਾਈਟ, ਹੁਣ ਉਹਨਾਂ ਦੀ ਹੈਲਥ ਵਿੱਚ ਵੀ ਚੇਂਜ ਆ ਗਈ ਹੋਊਗੀ, ਹੁਣ ਮੈਂ ਨਵੇਂ ਸਿਰਿਓਂ ਉਹਨਾਂ ਨੂੰ ਪੋਲਿਸੀ ਦੇਵਾਂਗੀ ਅਤੇ ਉਹਨਾਂ ਦੀ ਏਜ ਜਿਹੜੀ ਆ ਜੇ 40 'ਤੇ ਲਈ ਆ ਤਾਂ ਉਹਨਾਂ ਦੀ ਏਜ 50 ਸਾਲ ਹੋ ਗਈ ਆ, ਨੈਚੁਰਲੀ ਉਹਨਾਂ ਦਾ ਪ੍ਰੀਮੀਅਮ ਵੀ ਜ਼ਿਆਦਾ ਹੋਣਾ ਆ। ਸੋ ਮੈਂ ਇਹਦੇ ਵਿੱਚ ਇਹ ਜ਼ਰੂਰ ਕਰ ਦਿੰਦੀ ਹਾਂ ਵੀ ਜੇ ਉਹਨਾਂ ਦੀ ਨੀਡ ਮੁਤਾਬਕ ਉਹਨਾਂ ਨੂੰ ਐਕਸਟਰਾ ਕਵਰੇਜ ਚਾਹੀਦੀ ਆ, ਦੈਨ ਆਈ ਸੈਲ ਦਮ ਦ ਨਿਊ ਪਲੈਨ, ਉਹ ਵੀ ਉਹਨਾਂ ਦੀ ਐਨ ਚੰਗੀ ਤਰ੍ਹਾਂ ਘੋ ਕੇ ਵੀ ਉਹਨਾਂ ਨੂੰ ਚਾਹੀਦੀ ਆ ਕਿ ਨਹੀਂ ਚਾਹੀਦੀ, ਉਹਨਾਂ ਦੀ ਨੀਡ ਕੀ ਆ, ਉਹਨਾਂ ਦਾ ਬਜਟ ਕੀ ਆ, ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕੀ ਆ, ਦੈਨ ਆਈ ਸੈਲ ਦੀ ਇੰਸ਼ੋਰੈਂਸ। ਬਿਲਕੁਲ ਜੀ, ਜਿਸ ਤਰ੍ਹਾਂ ਬਲਜੀਤ ਢੀਂਡਸਾ ਜੀ ਨੇ ਤੁਹਾਨੂੰ ਦੱਸਿਆ ਕਿ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਰ ਆਪਣੇ ਕਲਾਇੰਟਸ ਦੀ ਜਿਹੜੀ ਹੈਗੀ ਆ ਵੈਲਬੀਇੰਗ ਨੂੰ ਲੈ ਕੇ ਜਾਂ ਉਹਨਾਂ ਦੀ ਜੋ ਵੀ ਲੋੜ ਆ ਉਹਦੇ ਮੁਤਾਬਕ ਹੀ ਇਹ ਤੁਹਾਨੂੰ ਰਾਏ ਦਿੰਦੇ ਨੇ। ਔਰ ਜੇਕਰ ਤੁਹਾਨੂੰ ਇਹਨਾਂ ਦੇ ਨਾਲ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਨੰਬਰ ਆ ਰਹੇ ਨੇ 416-871-4848 'ਤੇ ਤੁਸੀਂ ਕਾਲ ਕਰ ਸਕਦੇ ਹੋ, ਜਾਂ ਇਹਨਾਂ ਦੇ ਨਾਲ ਜੇਕਰ ਤੁਸੀਂ ਈਮੇਲ ਜ਼ਰੀਏ ਸੰਪਰਕ ਕਰਨਾ densa2015@gmail.com 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਵਟਸਐਪ 'ਤੇ ਵੋਇਸ ਮੈਸੇਜ ਛੱਡ ਸਕਦੇ ਹੋ, ਦੂਸਰਾ ਟੈਕਸਟ ਮੈਸੇਜ ਵੀ ਛੱਡ ਸਕਦੇ ਹੋ, ਔਰ ਫੋਨ ਦੇ ਉੱਪਰ ਵੀ ਤੁਸੀਂ ਮੈਸੇਜ ਛੱਡ ਸਕਦੇ ਹੋ। ਇਹ ਤੁਹਾਨੂੰ ਆਪਣੇ ਤੁਹਾਡੇ ਸਮੇਂ ਮੁਤਾਬਕ ਹੀ ਤੁਹਾਡੇ ਨਾਲ ਅਪੁਆਇੰਟਮੈਂਟ ਬਣਾ ਕੇ, ਅਗਰ ਵਰਚੁਅਲ ਤਾਂ ਵਰਚੁਅਲ, ਜਾ ਕੇ 1-to-1 ਹੋਈ ਤਾਂ 1-to-1 ਵੀ ਇਹ ਤੁਹਾਨੂੰ ਮਿਲ ਸਕਦੇ ਹਨ। ਸੋ ਕਿਸੇ ਵੀ ਕਿਸਮ ਦਾ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ, ਚਾਹੇ ਉਹ ਵਿਜ਼ਟਰ ਵੀਜ਼ੇ ਵਾਸਤੇ ਆ, ਚਾਹੇ ਉਹ ਆਪਣੇ ਜਿਸ ਤਰ੍ਹਾਂ ਵੀ ਆਪਣੇ ਹੁਣ ਪੇਰੈਂਟਸ ਆ ਰਹੇ ਨੇ ਉਹਨਾਂ ਦੇ ਸੁਪਰ ਵੀਜ਼ੇ ਵਾਸਤੇ,
ਔਰ ਜੇਕਰ ਤੁਸੀਂ RRSP ਕਰਾਉਣੀ ਆ, RESP ਕਰਾਉਣੀ ਆ, ਲਾਈਫ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਐਲਐਸ ਇੰਸ਼ੋਰੈਂਸ ਕਰਾਉਣੀ ਹੈ, ਜਾਂ ਫਾਈਨੈਂਸ ਨਾਲ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਹੈਗਾ, ਤੁਸੀਂ ਬਲਜੀਤ ਸਿੰਘ ਮਸਾਨੀ ਜੀ ਨੂੰ ਕਾਲ ਕਰ ਸਕਦੇ ਹੋ, ਮੈਸੇਜ ਛੱਡ ਸਕਦੇ ਹੋ ਜਾਂ ਈਮੇਲ ਵੀ ਕਰ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਟਰਮ ਇੰਸ਼ੋਰੈਂਸ ਦੀ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ, ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਰਿਕਮੈਂਡ ਕਰਦੇ ਹੋ ਕਿ ਸਿਰਫ ਟਰਮ ਇੰਸ਼ੋਰੈਂਸ ਹੀ ਕਰਵਾਈ ਜਾਵੇ ਤਾਂ ਬੈਟਰ ਹੈ ਦੂਸਰੀ ਇੰਸ਼ੋਰੈਂਸ ਨਾਲੋਂ? ਹਾਂਜੀ, ਅਗੇਨ ਇਜ਼ ਅ ਗ੍ਰੇਟ ਕੁਐਸਚਨ। ਸੋ ਆਪਾਂ ਰੈਕਮੈਂਡ ਕਰਦੇ ਹਾਂ ਭਾਅ ਜੀ ਵੀ ਕਿੱਦਾਂ ਵੀ ਜਿਹੜੀ ਟਰਮ ਇੰਸ਼ੋਰੈਂਸ ਆ, ਅਗਰ ਤੁਹਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ ਪਰ ਤੁਹਾਡੇ 'ਤੇ ਫੈਮਿਲੀ ਜਿਹੜੀ ਆ ਡਿਪੈਂਡ ਕਰਦੀ ਆ, ਤੁਹਾਡੇ ਬੱਚੇ ਆ, ਤੁਹਾਡਾ ਸਪਾਊਸ ਆ, ਤੁਹਾਡੇ 'ਤੇ ਲਾਇਬਿਲਟੀਜ਼ ਬਹੁਤ ਹਨ। ਅਤੇ ਕਰਕੇ ਆਪਾਂ ਦੇਖਿਆ ਜਾਵੇ ਤਾਂ ਭਾਅ ਜੀ ਹੁਣ ਕਾਫੀ ਸਾਰਾ ਜਿਹੜਾ ਰੀਅਲ ਸਟੇਟ ਦਾ ਆ ਇਟਸ ਵੈਰੀ ਵੈਰੀ ਹੌਟ ਮਾਰਕੀਟ। ਸੋ ਬਹੁਤ ਸਾਰੇ ਜਿਹੜੇ ਆਪਣੇ ਕਲਾਇੰਟ ਕਹਿ ਲਓ ਉਹ ਨਵੇਂ ਘਰ ਬਾਈ ਕਰ ਰਹੇ ਆ, ਸੋ ਨੈਚੁਰਲੀ ਉਹਨਾਂ ਦੀ ਜਿਹੜੀ ਮੌਰਗੇਜ ਆ ਇਜ਼ ਗੈਟਿੰਗ ਹਾਇਰ, ਰਾਈਟ? ਸੋ ਉਹਨਾਂ ਹਾਲਤਾਂ ਵਿੱਚ ਮੈਂ ਕਹੂੰਗੀ ਵੀ ਤੁਸੀਂ ਜ਼ਰੂਰ ਜਿਹੜੀ ਆ ਕਵਰੇਜ ਜ਼ਰੂਰ ਲੈ ਕੇ ਰੱਖੋ ਆਪਣੀ ਲਾਇਬਿਲਟੀ ਨੂੰ ਕਵਰ ਕਰਨ ਵਾਸਤੇ, ਆਪਣੀ ਮੌਰਗੇਜ ਇੰਸ਼ੋਰੈਂਸ ਨੂੰ ਲੈਣ ਵਾਸਤੇ। ਤੁਸੀਂ ਜਦੋਂ ਪਲੈਨ ਲੈ ਰਹੇ ਹਾਂ ਕਰਕੇ ਹੁਣ ਬਹੁਤ ਸਾਰੀਆਂ ਕੰਪਨੀਆਂ ਜਿੱਦਾਂ ਆਪਾਂ ਮੈਂਸ਼ਨ ਕੀਤਾ ਪ੍ਰਮੋਸ਼ਨ ਚੱਲ ਰਹੀ ਆ, 10% ਆਫ ਕਰ ਰਹੇ ਆ ਪ੍ਰੀਮੀਅਮ ਦੇ, ਉਸ ਰੇਟ ਨੂੰ ਲਾਕ ਇਨ ਕਰ ਦਿਓ। ਅਤੇ ਤੁਸੀਂ ਜੇ ਅਗਰ ਤੁਹਾਡੀ ਜੋ ਬਜਟ ਜਿਹੜਾ ਆ ਕਹਿੰਦਾ ਵੀ ਆਪਾਂ 10 ਸਾਲ ਹੀ ਆਪਾਂ ਇੰਸ਼ੋਰੈਂਸ ਲੈ ਸਕਦੇ ਹਾਂ ਰਾਈਟ ਨਾਓ, ਜਿਹੜੀ ਤੁਹਾਡੀ ਅਫੋਰਡੇਬਿਲਟੀ ਆ ਸਿਰਫ 10 ਸਾਲ ਦਾ ਪ੍ਰੀਮੀਅਮ ਹੀ ਦੇ ਸਕਦੇ ਹਾਂ, ਨੋ ਪ੍ਰੋਬਲਮ। ਤੁਸੀਂ ਆਪਣੀ ਜਿਹੜੀ ਇੰਸ਼ੋਰੇਬਿਲਿਟੀ ਆ, ਆਪਣੀ ਜਿਹੜੀ ਆ ਕਵਰੇਜ ਮੌਰਗੇਜ ਨੂੰ ਕਵਰ ਕਰਨ ਵਾਸਤੇ ਜ਼ਰੂਰ ਇੰਸ਼ੋਰੈਂਸ ਲੈ ਕੇ ਰੱਖੋ। ਐਂਡ ਜਦੋਂ ਮੇ ਬੀ ਵਿਦ ਇਨ ਮੇ ਬੀ 9 ਈਅਰਸ 10 ਈਅਰਸ ਆਪਾਂ ਜਿਹੜੀ ਆ ਇਹ ਪੋਲਿਸੀ ਨੂੰ ਆਪਾਂ ਕਨਵਰਟ ਵੀ ਕਰ ਸਕਦੇ ਹਾਂ ਫੋਰ ਅਨਦਰ ਟਰਮ। ਸੋ ਆਪਾਂ ਕਹਿੰਦੇ ਹਾਂ ਵੀ ਓਕੇ ਮੇ ਬੀ ਵੀ ਕੈਨ ਕਨਵਰਟ ਦੈਟ ਅਨਦਰ ਫੋਰ ਅਨਦਰ 10 ਈਅਰਸ ਔਰ 20 ਈਅਰਸ। ਪਰ ਮੇਰੀ ਇਹੀ ਜ਼ਰੂਰ ਸਲਾਹ ਆ, ਜਿਹੜੇ ਵੀ ਆਪਣੇ ਨਿਊ ਇਮੀਗ੍ਰੈਂਟਸ ਆਏ ਆ ਜਾਂ ਜਿਹੜੇ ਸੋਚ ਰਹੇ ਸੀਗੇ ਵੀ ਅਸੀਂ ਇੰਸ਼ੋਰੈਂਸ ਲੈਣੀ ਆ, ਜਾਂ ਉਹਨਾਂ ਦੇ ਉੱਪਰ ਜਿਹੜੀ ਮੌਰਗੇਜ ਜਿਹੜੀ ਆ ਹੁਣ ਜ਼ਿਆਦੀ ਆ, ਕਵਰੇਜ ਲਾਇਬਿਲਟੀਜ਼ ਜ਼ਿਆਦੀਆਂ ਆ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗੀ ਭਾਅ ਜੀ ਵੀ ਤੁਸੀਂ ਇੰਸ਼ੋਰੈਂਸ ਜਿਹੜੀ ਆ ਜ਼ਰੂਰ ਲਓ, ਸੁਨਹਿਰੀ ਮੌਕਾ ਆ, ਆਪਣੇ 10% ਆਫ ਆ ਐਂਡ ਇਜ਼ ਫੋਰ ਦਾ ਫੁੱਲ ਟਰਮ ਜੀ। ਸੋ ਬਲਜੀਤ ਜੀ, ਮੇਰੇ ਹੁਣ ਇੱਕ ਮਨ 'ਚ ਕੁਐਸਚਨ ਹੈ ਕਿ ਜਿਸ ਤਰ੍ਹਾਂ ਆਪਾਂ ਨੇ ਜੇ ਟਰਮ ਇੰਸ਼ੋਰੈਂਸ ਲੈਣੀ ਹੈ, ਕਈ ਵਾਰੀ ਆਪਣੇ ਕੋਲ ਇੱਥੇ ਵਰਕ ਪਰਮਿਟ 'ਤੇ ਜਿਹੜੇ ਹੈਗੇ ਆ ਉਹ ਇੰਪਲਾਈਜ਼ ਆਉਂਦੇ ਨੇ ਫਾਰ ਲਾਈਕ 1 ਈਅਰ 2 ਈਅਰ 6 ਮੰਥ, ਕੀ ਉਹ ਆਪਦੇ ਆਪ ਨੂੰ ਉਸ ਸਮੇਂ ਦੌਰਾਨ ਟਰਮ ਇੰਸ਼ੋਰੈਂਸ ਲੈ ਕੇ, ਕਿਉਂਕਿ ਲਾਈਫ ਟਾਈਮ ਉਹਨਾਂ ਨੇ ਇੱਥੇ ਨਹੀਂ ਰਹਿਣਾ, ਹਾਂਜੀ, ਫਾਰ ਦਾ ਟਾਈਮ ਬੀਇੰਗ, ਕੀ ਉਹ ਲੈ ਸਕਦੇ ਜਾਂ ਕੋਈ ਸਟੇਟਸ ਹੈ ਜਾਂ ਪਰਮਾਨੈਂਟ ਰੈਜੀਡੈਂਸ ਚਾਹੀਦੇ ਆ ਜਾਂ ਤੁਸੀਂ PR ਚਾਹੀਦੇ ਹੋ ਜਾਂ ਕੈਨੇਡੀਅਨ ਸਿਟੀਜ਼ਨ ਹੋਣਾ ਜ਼ਰੂਰੀ ਹੈ ਇਹਦੇ ਵਾਸਤੇ? ਹਾਂਜੀ, ਐਕਚੁਲੀ ਜਿੱਦਾਂ ਇੰਸ਼ੋਰੈਂਸ ਕੰਪਨੀਆਂ ਭਾਅ ਜੀ, ਜਿੱਦਾਂ ਆਪਾਂ ਇਮੀਗ੍ਰੇਸ਼ਨ ਨੂੰ ਦੇਖੀਏ ਤਾਂ ਬਹੁਤ ਸਾਰੇ ਆਪਣੇ ਇਮੀਗ੍ਰੈਂਟਸ ਜਿਹੜੇ ਆਏ ਆ ਜਿੱਦਾਂ PR ਵੀਜ਼ੇ 'ਤੇ ਆਏ ਆ, ਜਾਂ ਕਹਿ ਲਓ ਵੀ ਵਿਜ਼ਿਟਰ ਆਏ ਆ ਇੱਥੇ ਵਰਕ ਪਰਮਿਟ 'ਤੇ ਆਏ ਆ, ਜਾਂ ਆਪਾਂ ਆਪਣੇ ਜਿੱਦਾਂ ਕਹਿ ਲਓ ਵੀ ਇੰਟਰਨੈਸ਼ਨਲ ਸਟੂਡੈਂਟ ਬੱਚੇ ਆਏ ਆ ਇੱਥੇ। ਸੋ ਨੈਚੁਰਲੀ ਉਹਨਾਂ ਦੀ ਜਦੋਂ ਸਟੱਡੀ ਫਿਨਿਸ਼ ਹੋ ਜਾਂਦੀ ਆ, ਉਹਨਾਂ ਦਾ ਹੁੰਦਾ ਆ ਵੀ ਗੋਲ ਕਹਿ ਲਓ ਜਾਂ ਉਹਨਾਂ ਦਾ ਇੱਕ ਕਿਸਮ ਦੀ ਵੀ ਅਸੀਂ ਜਿਹੜਾ ਆ ਹੁਣ ਕੈਨੇਡਾ ਸਾਨੂੰ ਬੜਾ ਪਸੰਦ ਆ, ਅਸੀਂ ਇੱਥੇ ਕੈਨੇਡਾ ਵਿੱਚ ਰਹਿਣਾ ਆ। ਸੋ PR ਲੇਟਰ ਔਨ ਹੁੰਦੇ ਆ, ਪਰ ਜਿਹੜਾ ਉਹਨਾਂ ਦੇ ਫਸਟ 5 ਈਅਰ ਕਹਿ ਲਓ ਉਹ ਥੋੜ੍ਹਾ ਜਿਹਾ ਉਹਨਾਂ ਦਾ ਹੁੰਦਾ ਆ ਵੀ ਪਹਿਲਾਂ ਉਹਨਾਂ ਨੇ ਸਟੱਡੀ ਕੀਤੀ ਫਿਰ ਉਹ ਵਰਕ ਪਰਮਿਟ 'ਤੇ ਗਏ ਆ। ਸੋ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਆਫਰ ਕਰ ਰਹੀਆਂ ਜਿਹੜੇ ਵਰਕ ਪਰਮਿਟ 'ਤੇ ਪੀਪਲ ਆ, ਚਾਹੇ ਤੁਸੀਂ ਇੱਥੇ 1 ਸਾਲ ਵਾਸਤੇ ਆਏ ਆ, ਤੁਸੀਂ ਵਾਪਸ ਚਲੇ ਜਾਣਾ ਆ, ਉਹਨਾਂ ਨੂੰ ਆਫਰ ਕਰਦੇ ਆ ਇੰਸ਼ੋਰੈਂਸ। ਉਹਦੀ ਥੋੜ੍ਹੀ ਉਹਨਾਂ ਨੇ ਲਿਮਿਟ ਰੱਖੀ ਆ ਭਾਜੀ, 2.5 ਲੱਖ ਦੀ ਜਿਹੜੀ ਇੰਸ਼ੋਰੈਂਸ ਆ ਆਪਾਂ ਲਾਈਫ ਇੰਸ਼ੋਰੈਂਸ ਜਿਹੜੀ ਉਹਨਾਂ ਨੂੰ ਦੇ ਸਕਦੇ ਹਾਂ 2.5 ਲੱਖ ਦੀ। ਅਤੇ ਦੂਸਰੀ ਜਿਹੜੀ ਆਪਾਂ ਜੇ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਗੱਲ ਕਰੀਏ, ਉਹ ਵੀ ਉਹ ਬਾਈ ਕਰ ਸਕਦੇ 1 ਲੱਖ ਦੀ ਇੰਸ਼ੋਰੈਂਸ। ਸੋ ਮੈਂ ਬਹੁਤ ਸਾਰਾ ਬੱਚਿਆਂ ਨੂੰ ਜਿਹੜੇ ਸਪੈਸ਼ਲ ਆਪਣੇ ਇੰਟਰਨੈਸ਼ਨਲ ਸਟੂਡੈਂਟ ਆ, ਉਹਨਾਂ ਨੂੰ ਮੈਂ ਜ਼ਰੂਰ ਹਮੇਸ਼ਾ ਹੀ ਕਹਿੰਦੀ ਹਾਂ ਵੀ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਂਦੀ ਹੈ, ਤੁਸੀਂ ਵਰਕ ਪਰਮਿਟ 'ਤੇ ਚਲੇ ਜਾਂਦੇ ਹੋ, ਤੁਸੀਂ ਥੋੜ੍ਹਾ ਕਮਾਉਣ ਲੱਗ ਜਾਂਦੇ ਹੋ, ਤੁਸੀਂ ਜ਼ਰੂਰ ਮਸੀਂ ਤੁਸੀਂ ਬਿਲੀਵ ਨਹੀਂ ਕਰੋਗੇ ਭਾਅ ਜੀ, ਜਿਹੜੇ ਕਰਕੇ ਯੰਗ ਬੱਚੇ ਆ ਉਹਨਾਂ ਦੀ ਜਿਹੜੀ ਏਜ ਆ 21 ਸਾਲ 22 23 24 25 ਤੱਕ ਵੀ ਲਾ ਲਓ, ਉਹਨਾਂ ਦਾ ਜਿਹੜਾ ਪ੍ਰੀਮੀਅਮ ਆ, ਅਗਰ ਉਹ ਟਰਮ ਇੰਸ਼ੋਰੈਂਸ 20 ਸਾਲ ਦੀ ਲੈਂਦੇ ਆ, ਅਤੇ ਉਹਨਾਂ ਦੀ ਟਰਮ ਇੰਸ਼ੋਰੈਂਸ ਦੀ ਅਮਾਊਂਟ ਜਿਹੜੀ ਆ ਸਿਰਫ $10 to $15 ਦੇ ਕੇ ਭਾਅ ਜੀ ਉਹ 2.5 ਲੱਖ ਦੀ ਇੰਸ਼ੋਰੈਂਸ ਲੈ ਸਕਦੇ ਆ। ਬਿਲਕੁਲ, ਆਪਾਂ ਕਹਿ ਸਕਦੇ ਹਾਂ ਕਿ ਮੈਕਡੋਨਲਡ ਦਾ ਇੱਕ ਮੀਲ ਹੀ ਆ ਜੇ ਦੇਖਿਆ ਜਾਵੇ। ਯਾ ਐਂਡ ਆਪਾਂ ਸੈਕਿੰਡ ਆਪਾਂ ਕਹਿ ਲਓ ਵੀ ਸਟਾਰਬਕਸ ਤੇ ਜਾਂਦੇ ਆ ਤਾਂ $6 ਆਪਾਂ ਕਾਫੀ ਤੇ ਲਾ ਦਿੰਦੇ ਆ, ਰਾਈਟ? ਯਾ, ਸੋ ਮੈਂ ਹਮੇਸ਼ਾ ਹੀ ਕਹਿੰਦੀ ਆ ਵੀ ਜਿਹੜਾ ਇਹ ਟਰਮ ਇੰਸ਼ੋਰੈਂਸ ਆ, ਅਗਰ ਤੁਹਾਡੇ ਕੋਲ ਨਹੀਂ ਕਵਰੇਜ ਹੈਗੀ ਤੇ ਟਰਮ ਇੰਸ਼ੋਰੈਂਸ ਨੂੰ ਲੈ ਕੇ ਜ਼ਰੂਰ ਰੱਖੋ। ਰਾਈਟ ਨਾਓ ਦੇਅਰ ਇਜ਼ ਅ ਪ੍ਰਮੋਸ਼ਨ ਗੋਇੰਗ ਔਨ, ਯੂ ਕੈਨ ਸੇਵ 10%। ਸੋ ਇਹਦੇ ਵਾਸਤੇ ਤੁਸੀਂ ਤੁਹਾਡਾ ਕੋਈ ਕੰਸਰਨ ਆ ਜਾਂ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ, ਤੁਸੀਂ ਮੈਨੂੰ ਫੋਨ ਕਰ ਸਕਦੇ ਆ 416-871-4848, 416-871-4848,
ਬਿਲਕੁਲ ਜੀ, ਜੇਕਰ ਤੁਸੀਂ ਵਿਜ਼ਿਟਰ ਵੀਜ਼ੇ 'ਤੇ ਹੋ, ਤੁਸੀਂ ਵਰਕ ਪਰਮਿਟ 'ਤੇ ਹੋ, ਸਟੂਡੈਂਟ ਹੋ, ਤਾਂ ਤੁਹਾਡੇ ਵਾਸਤੇ ਹੋਰ ਬਹੁਤ ਸਾਰੇ ਪਲਾਨ ਹੈਗੇ ਆ ਜੋ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਪ੍ਰੋਵਾਈਡ ਕਰਦੀਆਂ, ਔਰ ਸਾਰੇ ਜਿਹੜੇ ਪਲਾਨਸ ਹੈਗੇ ਆ ਉਹਨਾਂ ਲਈ ਤੁਸੀਂ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਹੈ ਤਾਂ ਬਲਜੀਤ ਢੀਂਡਸਾ ਜੀ ਨੂੰ ਕਾਲ ਕਰਕੇ ਅਤੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਗੱਲਬਾਤ ਕਰ ਸਕਦੇ ਹੋ। ਸੋ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਬਲਜੀਤ ਜੀ, ਆਪਣੇ ਕੋਲ ਸਿਰਫ 2 ਮਿੰਟ ਬਾਕੀ ਨੇ, ਤੁਸੀਂ ਕੋਈ ਮੈਸੇਜ ਦੇਣਾ ਚਾਹੋ ਕਮਿਊਨਿਟੀ ਨੂੰ ਤਾਂ ਗੋ ਹੈਡ ਜੀ। ਹਾਂਜੀ, ਆਪਾਂ ਜਿੱਦਾਂ ਅੱਜ ਟਰਮ ਇੰਸ਼ੋਰੈਂਸ ਦੀ ਪ੍ਰਮੋਸ਼ਨ ਦੀ ਗੱਲ ਕੀਤੀ ਆ ਵੀ ਜਿਹੜਾ 10% ਆਫ ਆ, ਆਲਸੋ ਮੈਂ ਸੇਮ ਟਾਈਮ 'ਤੇ ਇਹ ਵੀ ਕਹਿਣਾ ਚਾਹੁੰਦੀ ਹਾਂ, ਕਈ ਕੰਪਨੀਆਂ ਆ ਜਿਹੜੀਆਂ ਪਰਮਾਨੈਂਟ ਪਲੈਨ ਜਿਹੜੀਆਂ ਆ ਉਹਨਾਂ ਨੂੰ 15% ਜਿਹੜਾ ਇਨਕਰੀਜ਼ ਕਰ ਰਹੇ ਆ, ਕਰਕੇ ਉਹ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਆ ਜਿੱਦਾਂ ਆਪਾਂ ਐਕਸਪਲੇਨ ਕੀਤਾ ਦੈਟਸ ਫੋਰ ਹੋਲ ਲਾਈਫ, ਤੁਸੀਂ ਇੱਕ ਵਾਰੀ ਫਿਕਸ ਕਰ ਲੈਣੀ ਆ, ਦੈਨ ਯੂ ਨੋ ਵਟ ਦੇਅਰ ਇਜ਼ ਅ ਲਾਟ ਆਫ ਬੈਨੀਫਿਟ ਵਿਦ ਦੈਟ। ਸੋ ਅਗਰ ਤੁਸੀਂ ਪੈਸਾ ਛੱਡ ਕੇ ਜਾਣਾ ਚਾਹੁੰਦੇ ਹੋ ਆਪਣੇ ਬੱਚਿਆਂ ਵਾਸਤੇ, ਔਰ ਤੁਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਅਸੀਂ ਅੱਜ ਇੰਸ਼ੋਰੈਂਸ ਕੀ ਲਈ ਆ ਉਹਦਾ ਸਾਨੂੰ 100% ਜਿਹੜਾ ਬੈਨੀਫਿਟ ਆ ਸਾਡੇ ਬੈਨੀਫਿਸ਼ਰੀ ਨੂੰ ਜ਼ਰੂਰ ਮਿਲੇ, ਸਾਡੇ ਪਰਿਵਾਰ ਨੂੰ, ਸਾਡੇ ਲਵ ਵਨਸ ਨੂੰ, ਅਤੇ ਉਹਦੇ ਬਾਰੇ ਵੀ ਅਗਰ ਤੁਹਾਡਾ ਕੋਈ ਕੁਐਸਚਨ ਆ ਪਰਮਾਨੈਂਟ ਇੰਸ਼ੋਰੈਂਸ ਬਾਰੇ ਵੀ, ਉਹਦੇ ਬਾਰੇ ਵੀ ਤੁਸੀਂ ਮੈਨੂੰ ਫੋਨ ਕਰ ਸਕਦੇ ਹਾਂ। ਪਰ ਆਪਣੇ ਮਾਰਚ 21 ਤੋਂ ਲੈ ਕੇ ਉਹਨਾਂ ਦੀ ਜਿਹੜੀ ਆ 15% ਜਿਹੜੇ ਆ ਕਹਿ ਲਓ ਵੀ ਪ੍ਰੀਮੀਅਮ ਇਨਕਰੀਜ਼ ਹੋ ਰਹੇ ਆ। ਅਤੇ ਦੂਸਰਾ ਹੈ ਭਾਜੀ ਵੀ ਅਗਰ ਤੁਸੀਂ RESP ਬਾਰੇ ਸੋਚ ਰਹੇ ਹਾਂ, ਬੱਚਿਆਂ ਦਾ ਪਲੈਨ ਲੈਣਾ ਚਾਹੁੰਦੇ ਹਾਂ, ਐਜੂਕੇਸ਼ਨ ਪਲੈਨ, ਆਪਣੇ ਕੋਲ ਇੰਨੀਆਂ ਗੁੱਡ ਕੰਪਨੀਆਂ ਜਿਹੜੀਆਂ ਆਪਾਂ ਨੂੰ 15% ਬੋਨਸ ਦੇ ਰਹੀਆਂ, ਅਗਰ ਤੁਸੀਂ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦੇ ਹਾਂ, ਤੁਸੀਂ ਅਗੇਨ ਮੈਨੂੰ ਫੋਨ ਕਰ ਸਕਦੇ ਹਾਂ, ਟੈਕਸਟ ਕਰ ਸਕਦੇ ਹਾਂ, ਤੁਸੀਂ ਮੈਨੂੰ ਵਟਸਐਪ 'ਤੇ ਵੋਇਸ ਮੇਲ ਭੇਜ ਸਕਦੇ ਹਾਂ। ਸੋ ਜਦੋਂ ਵੀ ਮੈਂ ਟਰਾਈ ਕਰਦੀ ਹਾਂ ਹਮੇਸ਼ਾ ਆਨਸਰ ਕਰਨ ਦੀ ਰਾਈਟ ਵੇ, ਪਰ ਅਗਰ ਮੈਂ ਕਿਸੇ ਕਾਰਨ ਕਰਕੇ ਜਾਂ ਮੈਂ ਦੂਸਰੀ ਲਾਈਨ 'ਤੇ ਹਾਂ ਅਤੇ ਮੈਂ ਨਹੀਂ ਆਨਸਰ ਕਰ ਸਕੀ, ਤੁਸੀਂ ਫਿਰ ਮੈਨੂੰ ਮੈਸੇਜ ਲੀਵ ਕਰ ਸਕਦੇ ਹਾਂ, ਜਾਂ ਤੁਸੀਂ ਮੈਨੂੰ ਈਮੇਲ ਵੀ ਭੇਜ ਸਕਦੇ ਹਾਂ। ਕਿਉਂਕਿ ਮੈਂ ਹੁਣ ਕਾਫੀ ਵਜੇ ਦੇਖਿਆ ਵੀ ਆਹ ਕੋਵਿਡ ਕਰਕੇ ਵੀ ਜਿਹੜੇ ਟੂਲਸ ਆਪਾਂ ਨੂੰ ਕੰਪਨੀਆਂ ਵੀ ਦੇ ਰਹੀਆਂ ਆ, ਵੀ ਹੈਵ ਕਾ ਜਿੱਦਾਂ ਜ਼ੂਮ ਕਹਿ ਲਓ ਵੀ ਆਪਾਂ ਮੀਟਿੰਗ ਜਿਹੜੀ ਆ, ਕਿਉਂਕਿ ਜਿਹੜੇ ਆਪਣੇ ਯੰਗ ਬੱਚੇ ਆ ਇਹ ਬੈਠਣਾ ਨਹੀਂ ਚਾਹੁੰਦੇ ਹੈਗੇ ਵੀ ਕਿਸੇ ਮੈਂ ਬ੍ਰੋਕਰ ਦੇ ਨਾਲ ਘੰਟਾ ਬੈਠ ਕੇ ਪ੍ਰੋਡਕਟ ਨੂੰ ਮੈਂ ਸਹੀ ਤਰੀਕੇ ਨਾਲ ਸਮਝਾਂ, ਰਾਈਟ। ਇਹਨਾਂ ਵਾਸਤੇ ਵੀ ਆਪਣੇ ਕੋਲ ਜਿੱਦਾਂ ਆਪਾਂ ਜ਼ੂਮ ਮੀਟਿੰਗ ਕਰਕੇ ਇਹਨਾਂ ਨੂੰ ਲਿੰਕ ਵਗੈਰਾ ਭੇਜ ਸਕਦੇ ਹਾਂ, ਕਰਕੇ ਇਹ ਜਿਹੜੇ ਬੱਚੇ ਆਪਾਂ ਕਹਿ ਲਓ ਵੀ ਇਹ ਆਪਣੀ ਜਿਹੜੀ ਰੀਸਰਚ ਆ ਇਹ ਖੁਦ ਕਰਨਾ ਚਾਹੁੰਦੇ ਆ, ਰਾਈਟ। ਸੋ ਆਪਣੇ ਇਹਦੇ ਵਾਸਤੇ ਵੀ ਅਗਰ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਕਿਸੇ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ, ਫੀਲ ਫਰੀ ਟੂ ਸੈਂਡ ਮੀ ਈਮੇਲ, ਮੈਂ ਤੁਹਾਨੂੰ ਲਿੰਕ ਭੇਜ ਦਾਂਗੀ, ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਮਿਲ ਜਾਏਗੀ। ਅਗਰ ਤੁਹਾਡਾ ਫਿਰ ਵੀ ਕੋਈ ਕੁਐਸਚਨ ਆ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹਾਂ। ਬਿਲਕੁਲ ਬਲਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਸਾਂਝ ਪਾਉਂਦੇ ਹਾਂ, ਔਰ ਅਸੀਂ ਇੱਕ ਵਾਰੀ ਫਿਰ ਤੁਹਾਨੂੰ ਇਹ ਯਾਦ ਕਰਵਾ ਦਈਏ ਕਿ ਇਹ ਪ੍ਰੋਗਰਾਮ ਦਾ ਮਕਸਦ ਤੁਹਾਨੂੰ ਸਿਰਫ ਅਤੇ ਸਿਰਫ ਐਜੂਕੇਟ ਕਰਨਾ ਹੈ। ਜਿੰਨੀ ਸਾਡੇ ਕੋਲ ਐਜੂਕੇਸ਼ਨ ਹੈ ਇਸ ਵੇਲੇ ਉਪਲਬਧ, ਉਹਦੇ ਬੇਸ 'ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਔਰ ਜਿਹੜੀ ਆ ਟੈਕਨੋਲੋਜੀ ਔਰ ਜਿਹੜੀ ਐਜੂਕੇਸ਼ਨ ਆ ਉਹ ਚੇਂਜ ਹੁੰਦੀ ਰਹਿੰਦੀ ਆ, ਕੱਲ੍ਹ ਨੂੰ ਇਹਦੇ ਵਿੱਚ ਸੋਧਾਂ ਵੀ ਹੋ ਸਕਦੀਆਂ, ਪਰ ਜਿਹੜੀ ਅੱਜ ਦੀ ਘੜੀ ਤੱਕ ਜੋ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਆ ਉਹ ਬੇਸਡ ਅੱਜ ਦੀ ਨੌਲੇਜ ਤੱਕ ਸੀਗੀ। ਸੋ ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਬਲਜੀਤ ਜੀ ਨਾਲ ਗੱਲਬਾਤ ਕਰ ਸਕਦੇ ਹੋ। ਸੋ ਬਲਜੀਤ ਜੀ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਦਾ। ਅਗਲੇ ਹਫ਼ਤੇ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਲਈ ਇੱਕ ਹੋਰ ਪ੍ਰੋਗਰਾਮ ਲੈ ਕੇ ਸ਼ਾਮਿਲ ਹੋਵਾਂਗੇ। ਤਦ ਤੱਕ ਸਮਝੋ ਜੀ, ਇਜਾਜ਼ਤ, ਸਤਿ ਸ਼੍ਰੀ ਅਕਾਲ।